ਜਿੰਨੇ politcal leader ਨੇ they are the basically owners of all medical colleges medical industry ساری ਉਹਨਾਂ ਦੇ ਕੋਲ ਹੈ ਉਹ ਚਾਹੁੰਦੇ ਹੀ ਨੇ ਕਿ ਸਸਤੀ ਸਾਡੀ ਮੈਡੀਕਲ এডਿਕੇਸ਼ਨ ਮਿਲੇ ਬੱਚਿਆਂ ਸਾਸੋ ਵੀ ਵਿੱਚੋਂ ਜਿਹਦਾ ਤਾਂ 550 600 ਸਕੋਰ ਆ ਜਾਏ ਉਹਨੂੰ ਤਾਂ ਅਸੀਂ ਮੈਰਿਟੋਰੀਸ ਬੱਚਾ ਮੰਨਦੇ ਉਹਨੂੰ ਸਰਕਾਰੀ ਸੀਟ ਮਿਲ ਜਾਂਦੀ ਹੈ ਉਹਦੀ ਫੀਸ ਵੀ ਬਹੁਤ ਥੋੜੀ ਹੈ ਜਿਹੜਾ ਬੱਚਾ ਹੁਣ ਮੰਨ ਲਓ ਨੀਡ ਕੁਆਲੀਫਾਈਡ ਹੈ ਪਰ ਉਹਨੂੰ 300 ਸਕੋਰ ਮਿਲਿਆ ਜਾਂ 400 ਸਕੋਰ ਮਿਲਿਆ ਉਦੋਂ ਲਈ ਫਿਰ ਆ ਜਾਂਦੀ ਹੈ ਇੱਕ ਐਕਸਪਲੋਟਿਵ ਫੀਸ ਵੀ ਕੈਨ ਸੀ। ਉਹਨੂੰ ਆਪਾਂ ਐਕਸਟਾਰਟ ਕਰਦੇ ਆਂ। ਆਪਾਂ ਇੱਕ ਕਪੈਸਿਟਿਵ ਫੀਸ ਯੂਜ਼ ਕਰ ਰਹੇ ਆਂ। ਇਹ ਬੜਾ ਵੱਡਾ ਨੈਕਸਸ ਹੈ। ਤਾਈਵਾਨ ਵਰਗੀ ਛੋਟੀ ਕੰਟਰੀ ਹੈ ਨਾ ਚਾਈਨਾ ਦੇ ਨਾਲ ਲੱਗਦੀ ਜਿਹੜੀ। ਉਹਦੇ ਵਿੱਚ ਵੀ ਮੈਡੀਕਲ ਜਿਹੜੀ ਯੂਨੀਵਰਸਿਟੀਆਂ ਨੇ ਬਹੁਤ ਅੱਛੀਆਂ ਨੇ। ਸਾਡੀ ਜਿਹੜੀ ਯੂਨੀਵਰਸਿਟੀਆਂ ਨੇ ਗਲੋਬਲ ਲੈਵਲ ਤੇ AIMs ਨੂੰ ਛੱਡ ਕੇ ਕਿਤੇ ਕਿਤੇ ਖੜੀਆਂ ਹੀ ਨਹੀਂ ਕਰਦੀ। ਉਹਦਾ ਨਵੀਨ ਦੇ ਫਾਦਰ ਨੇ ਮੋਦੀ ਸਾਹਿਬ ਨੂੰ ਰੋਂਦਿਆਂ ਹੋਇਆਂ ਗੱਲਾਂ ਕਹੀਆਂ। ਕਿ ਅਨਡਿਸਰਵ ਬੱਚੇ ਨੂੰ ਸੀਟ ਮਿਲੀ ਮੇਰਾ ਬੱਚਾ ਡਿਸਰਵ ਕਰਦਾ ਉਹਨੂੰ ਸੀਟ ਕਿਉਂ ਨਹੀਂ ਮਿਲੀ ਕਿਤਨਾ ਕਿਤੇ ਰਿਜ਼ਰਵ ਕੈਟਾਗਰੀ ਦਾ ਵੀ ਕਿਤਨਾ ਕਿਤੇ ਰੂਲ ਹੈ ਕਮੀਆਂ ਕਿਹਦੇ ਚ ਹੈ ਪੇਰੈਂਟਸ ਚ ਹੈ ਪੜਾਉਣ ਵਾਲਿਆਂ ਚ ਹੈ ਕਿਹਦੇ ਚ ਕਮੀਆਂ ਕਮੀਆਂ ਸਾਡੇ ਸਿਸਟਮ ਚ ਬਹੁਤ ਹੈ ਜਿਹੜਾ ਇੰਟੈਲੀਜੈਂਟ ਬੱਚਾ ਹੈ ਉਹ ਕਿਸੇ ਵੀ ਕਾਜ਼ਾ ਹੋ ਸਕਦਾ ਮੈਂ ਕਹਿੰਦਾ ਉਹ ਕਿਸੇ ਵੀ ਕਾਜ਼ਾ ਹੋ ਸਕਦਾ ਉਹ ਡਿਸਰਵ ਕਰਦਾ ਹੈ ਕਿ ਹੈ ਕਿ ਨਹੀਂ ਸੋ ਆਪਾਂ ਕੋਸ਼ਿਸ਼ ਕਰੀਏ ਉਹਨਾਂ ਨੂੰ ਸੀਟ ਦਈਏ ਜਿਨ੍ਹਾਂ ਦੇ ਮਾਰਕਸ ਅੱਛੇ ਆਉਂਦੇ ਸਿੱਕੇ ਨਾ ਗਰੀਬਾਂ ਦੀ ਸਰਕਾਰ ਗਰੀਬਾਂ ਦੇ ਡਾਕਟਰ ਬਣਾਓ ਕਈ ਬੱਚਿਆਂ ਨੂੰ ਹੈਲਪ ਦਿਓ। ਇਹਨ ਜਿਹੜਾ ਕਿ ਕਰਨਾਟਕ ਦਾ ਇੱਕ ਬੱਚਾ ਸੀਗਾ 97% ਦੇ ਮਾਰਕਸ ਜਿੱਤੇ ਉਹ ਅਲੈਕਸੀ। ਨੋ ਉਹਨੇ ਵੀ ਨੀਡ ਦਿੱਤਾ ਕੋਈ ਨਾ ਕੋਈ ਸਕੋਰ ਲਿਆ ਪਰ ਉਹਦਾ ਫਾਦਰ ਕਹਿੰਦਾ ਮੇਰੇ ਕੋਲ ਇੰਨਾ ਫੰਡ ਨਹੀਂ ਸੀ ਮੈਂ ਉਹਨੂੰ ਇੱਥੇ ਖਰਾਬ ਪਾਉਂਦਾ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਮੈਂ ਆ ਤੁਹਾਡੇ ਨਾਲ ਸੀਰਤ ਸੰਧੂ। ਰਸ਼ੀਆ ਤੇ ਯੂਕਰੇਨ ਵਿਚਾਲੇ ਜਿਹੜਾ ਯੁੱਧ ਹੋ ਰਿਹਾ ਸਾਰੀ ਦੁਨੀਆ ਦੀਆਂ ਨਜ਼ਰਾਂ ਉਹਦੇ ਤੇ ਟਿਕੀਆਂ ਹੋਈਆਂ। ਯੂਕਰੇਨ ਵਾਸੀਆਂ ਦੇ ਨਾਲ-ਨਾਲ ਕੁਝ ਭਾਰਤੀ ਵਿਦਿਆਰਥੀ ਵੀ ਮੌਤਾ ਸ਼ਿਕਾਰ ਹੋਏ ਹੈ ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ కెమిస్ట్రీ ਟੀਚਰ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਨਾਮ ਹੈ ਐਮਪੀ ਸਿੰਘ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸੀਰਤ ਮੈਂ ਤਨਵਾਦ ਕਰਦਾ ਹਾਂ ਪ੍ਰੋ ਪੰਜਾਬ ਟੀਵੀ ਦਾ ਜਿਹੜੇ ਕਿ ਅੱਜ ਇਸ ਮੁੱਦੇ ਨੂੰ ਹਾਈਲਾਈਟ ਕਰ ਰਹੇ ਨੇ ਕਿਉਂਕਿ ਇਹ ਮੁੱਦਾ ਇਸ ਟਾਈਮ ਬਹੁਤ ਭੱਕਦਾ ਪਿਆ ਤੇ ਮੈਂ ਪੁਤਿਨ ਜੀ ਲਈ ਵੀ ਕੁਝ ਗੱਲ ਕਹਿਣਾ ਚਾਹਵਾਂਗਾ ਇਫ ਯੂ ਡੋਨਟ ਐਂਡ ਦਾ ਵਾਰ ਵਾਰ ਵਿਲ ਐਂਡਸ ਜਾਂ ਜ਼ਿੰਦਗੀ ਮੇਂ ਕੁਛ ਐਸਾ ਹੁਨਰ ਵੀ ਹੋਣਾ ਚਾਹੀਏ ਜ਼ਿੰਦਗੀ ਮੇਂ ਕੁਛ ਐਸਾ ਹੁਨਰ ਵੀ ਹੋਣਾ ਚਾਹੀਏ ਆਪਣੋਂ ਸੇ ਹੋ ਜੰਗ ਤੋ ਹਾਰ ਜਾਣਾ ਚਾਹੀਏ ਯੂਕਰੇਨ ਜਿਹੜਾ ਕਿ ਯੂਐਸਏ ਦਾ ਹੀ ਕਿਤੇ ਯੂਐਸਐਸਆਰ ਦਾ ਪਾਰਟ ਸੀਗਾ ਅੱਜ ਉਹਨਾਂ ਦੋਨਾਂ ਦਰਮਿਆਨ ਆਪਸ ਚ ਜੰਗ ਚੱਲ ਰਹੀ ਹੈ ਜਿਹਦੇ ਵਿੱਚ ਉਥੋਂ ਦੀ ਕੰਟਰੀ ਦੇ ਲੋਕ ਤਾਂ ਇਨਫੈਕਟਿਡ ਹੈ ਹੀ ਨੇ ਬਹੁਤ ਜ਼ਿਆਦਾ ਪਰ ਸਾਡੇ ਪੰਜਾਬੀ ਭਾਈਚਾਰਾ ਜਾਂ ਸਾਡਾ ਹਿੰਦੁਸਤਾਨੀ ਭਾਈਚਾਰਾ ਉਹ ਵੀ ਬਹੁਤ ਜ਼ਿਆਦਾ ਇਨਫੈਕਟਿਡ ਹੋ ਚੁੱਕਾ ਹੋਇਆ ਹੈ ਤੇ ਬਹੁਤ ਹੀ ਡਰਾਵਨੇ ਆંકੜੇ ਜਿਹੜੇ ਇਸ ਯੂਕਰੇਨ ਨੇ ਸਾਨੂੰ ਇੱਕ ਮਿਰਰ ਲੁੱਕ ਦਿੱਤੀ ਹੈ ਜਿਹੜੀ ਉਹ ਦਿੱਤੀ ਹੈ ਮੈਡੀਕਲ ਫੀਲਡ ਦੇ ਵਿੱਚ ਮੈਡੀਕਲ ਐਜੂਕੇਸ਼ਨ ਦੇ ਵਿੱਚ ਮੈਡੀਕਲ ਐਜੂਕੇਸ਼ਨ ਦੇ ਵਿੱਚ ਆਪਾਂ ਇੰਨੇ ਡਿਪਰਾਈਵ ਆ ਉਹ ਯੂਕਰੇਨ ਦੀ ਇਸ ਜੰਗ ਨੇ ਸਾਨੂੰ ਦੱਸਿਆ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕੁਐਸ਼ਨ ਕੀਤਾ ਕਿਉਂ ਸਾਡੇ ਬੱਚੇ ਇਨਾਂ ਛੋਟੇ ਕੰਟਰੀਆਂ ਚ ਜਾਂਦੇ ਨੇ ਸਿਰਤ ਯੂ ਡੋਨਟ ਇਮੇਜਿਨ ਕਿ ਤਾਈਵਾਨ ਵਰਗੀ ਛੋਟੀ ਕੰਟਰੀ ਹੈ ਨਾ ਚਾਈਨਾ ਦੇ ਨਾਲ ਲੱਗਦੀ ਜਿਹੜੀ ਉਹਦੇ ਵਿੱਚ ਵੀ ਮੈਡੀਕਲ ਜਿਹੜੀ ਯੂਨੀਵਰਸਿਟੀਆਂ ਨੇ ਬਹੁਤ ਅਚੀਆਂ ਨੇ ਸਾਡੀ ਜਿਹੜੀ ਯੂਨੀਵਰਸਿਟੀਆਂ ਨੇ ਗਲੋਬਲ ਲੈਵਲ ਤੇ ਏਮਸ ਨੂੰ ਛੱਡ ਕੇ ਕਿਤੇ ਕਿਤੇ ਖੜੀਆਂ ਹੀ ਨਹੀਂ ਕਰਦੀਆਂ ਇਹ ਸਾਨੂੰ ਇੱਕ ਚਾਨਣਾ ਦਿੰਦਾ ਹੈ ਅਸੀਂ ਆਪਣੇ ਆਪ ਨੂੰ ਗਲੋਬਲ ਲੀਡਰ ਕਹਿ ਰਹੇ ਆ ਵੀ ਆਰ ਸੇਇੰਗ ਥੈਟ ਵੀ ਆਰ ਦੀ ਗਲੋਬਲ ਲੀਡਰਸ ਪਰ ਮੈਂ ਤੁਹਾਨੂੰ ਅੱਜ ਸੱਚਾਈ ਦੱਸ ਦਿੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਬਹੁਤ ਪਿਛੜੇ ਹੋਏ ਆ ਬਹੁਤ ਜ਼ਿਆਦਾ ਸਾਨੂੰ ਹੋਣ ਤੋਂ ਅੱਜ ਤੋਂ ਬਾਅਦ ਮੈਡੀਕਲ এডਿਕੇਸ਼ਨ ਮੈਡੀਕਲ ਯੂਨੀਵਰਸਿਟੀ ਉੱਤੇ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਇਹ ਜਿਹੜਾ ਸਾਡਾ ਬੱਚਾ ਹੈ ਇਹ ਕੱਲਾ ਇਹ ਨਹੀਂ ਕਿ ਜਿਹੜਾ ਬੱਚਾ ਇੱਥੇ ਗਿਆ ਜੇ ਆਰ ਸਟੈਂਡਰਡ ਇਨ ਯੂਕਰੇਨ ਓਨਲੀ देयर आर ਸਟੂਡੈਂਟਸ Who are there in Russia ਜਿਹੜੇ ਸਾਡੇ ਕਰੋਨਾ ਹੋਇਆ ਸੀ ਬੱਚੇ ਅਸੀਂ ਚਾਈਨਾ ਤੋਂ ਵੀ ਕੱਟ ਕੱਟ ਕੇ ਲਿਆਂਦੇ ਉਹ ਵੀ ਐਮਬੀਬੀਐਸ ਕਰਨੀ ਗਏ ਹੋਏ ਸੀ ਉੱਥੇ ਮਤਲਬ ਹਰ ਪਾਸੇ ਜਿਹੜਾ ਇਹਨਾਂ ਏਸ਼ੀਅਨ ਕੰਟਰੀਜ਼ ਜਿਹੜੀ ਸਰਾਊਂਡਿੰਗ ਕੰਟਰੀਜ਼ ਨੇ ਜ਼ਿਆਦਾ ਉੱਤੇ ਸਾਡਾ ਮੈਡੀਕਲ ਦਾ ਬੱਚਾ ਇੰਟਰੈਪਡ ਹੈ ਕਿਉਂ ਕਿਉਂ ਕਿਉਂਕਿ ਅਸੀਂ ਪਿੱਛੇ ਹਾਂ ਬਹੁਤ ਜ਼ਿਆਦਾ ਮੈਡੀਕਲ এডਿਊਕੇਸ਼ਨ 'ਚ ਅਸੀਂ ਬਹੁਤ ਜ਼ਿਆਦਾ ਪਿੱਛੇ ਜਾ ਰਹੇ ਆ ਨੋ ਡਾਊਟ ਵੀ ਆਰ ਫਰਦਰ ਇਨ ਦਾ ਆਈਟੀ এডਿਊਕੇਸ਼ਨ ਆਈਟੀ ਵਿੱਚ ਅੱਜ ਸੁੰਦਰਪਚਾਈ ਅਸੀਂ ਕਹਿ ਸਕਦੇ ਆ ਆਈਟੀ ਤੋਂ ਪੜ੍ਹ ਕੇ ਉੱਥੇ ਪਹੁੰਚ ਗਿਆ ਪਰ ਅਸੀਂ ਨਹੀਂ ਕਹਿ ਸਕਦੇ ਸਾਡਾ ਕੋਈ ਮੈਡੀਕਲ ਦਾ ਡਾਕਟਰ ਟਾਪ ਯੂਐਸ ਚ ਪਹੁੰਚ ਗਿਆ ਯੂਨੀਵਰਸਿਟੀ ਦੇ ਵਿੱਚ ਯੂਐਸ ਯੂਕੇ ਦੇ ਆਰ ਦੀ ਕਿੰਗ ਆਫ ਦੀ ਮੈਡੀਕਲ ਯੂਨੀਵਰਸਿਟੀਆਂ ਆਪਾਂ ਹਜੇ ਗਲੋਬਲੀ ਬਹੁਤ ਪਿੱਛੇ ਆ ਇਹ ਚਾਨਣਾ ਸਾਨੂੰ ਯੂਕਰੇਨ ਤੇ ਰਸ਼ੀਆ ਦੀ ਲੜਾਈ ਨੇ ਦਿੱਤਾ ਸਰ ਬਿਲਕੁਲ ਸਹੀ ਕਿਹਾ ਤੁਸੀਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵਾਰ ਹੈ ਵਾਰ ਤਬਾਹੀ ਵਾਲੀ ਲੈ ਕੇ ਜਾਂਦੀ ਹੈ ਹੋਰ ਕੁਝ ਨਹੀਂ ਲੈ ਕੇ ਆਉਂਦੀ ਅਮ ਤੁਹਾਡੇ ਕਾਫੀ ਸਟੂਡੈਂਟਸ ਮੈਡੀਕਲ ਸਟੂਡੈਂਟਸ ਨੂੰ ਤੁਸੀਂ ਪੜਾਉਂਦੇ ਵੀ ਹੋਵੋਗੇ ਬਾਹਰ ਵੀ ਗਏ ਹੋਣੇ ਆ ਸਟੂਡੈਂਟਸ ਯੂਕਰੇਨ ਭੇਜੇ ਯੂਕਰੇਨ ਮੇਰੇ ਕਾਫੀ ਟਾਈਮ ਪਹਿਲਾਂ ਸਟੂਡੈਂਟ ਗਏ ਸੀਗੇ ਹੁਣ ਰੀਸੈਂਟਲੀ ਕੋਈ ਮੇਰਾ ਸਟੂਡੈਂਟ ਉੱਥੇ ਨਹੀਂ ਹੈ ਕਿੰਨੇ ਕ ਗਏ ਆ ਤੁਹਾਡੇ ਸਟੂਡੈਂਟਸ ਅਟ ਦੈਟ ਟਾਈਮ 2 3 ਸਟੂਡੈਂਟਸ ਵਰ देयर ਐਂਡ ਵਾਟ ਡੇ ਟੈਲ ਮੀ ਦੈਟ ਟਾਈਮ ਉਦੋਂ ਮੈਂ ਨਵਾਂ ਨਵਾਂ ਕੋਚਿੰਗ ਫੀਲਡ 'ਚ ਆਇਆ ਹੀ ਸੀਗਾ ਨੀਟ ਦੀ ਤੇ ਮੈਨੂੰ ਉਹਨਾਂ ਨੇ ਦੱਸਿਆ ਸੀਗਾ ਕਿ ਸਰ ਸਾਨੂੰ ਇੱਥੇ ਆ ਕੇ ਕੈਫਐਮਜੀ ਦੇਣਾ ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਕਿਉਂ ਚੱਲੇ ਕਿ ਜਿਦਾ ਤਾਂ 550 600 ਸਕੋਰ ਆ ਜਾਏ ਉਹਨੂੰ ਤਾਂ ਅਸੀਂ ਮੈਰਿਟੋਰੀਅਸ ਬੱਚਾ ਮੰਨਦੇ ਉਹਨੂੰ ਸਰਕਾਰੀ ਸੀਟ ਮਿਲ ਜਾਂਦੀ ਹੈ ਉਹਦੀ ਫੀਸ ਵੀ ਬਹੁਤ ਥੋੜੀ ਹੈ ਪਰ ਜਿਹੜਾ ਬੱਚਾ ਹੁਣ ਮੰਨ ਲਓ ਨੀਡ ਕੁਆਲੀਫਾਈਡ ਹੈ ਪਰ ਉਹਨੂੰ 300 ਸਕੋਰ ਮਿਲਿਆ ਜਾਂ 400 ਸਕੋਰ ਮਿਲਿਆ ਉਹਦੇ ਲਈ ਫਿਰ ਆ ਜਾਂਦੀ ਹੈ ਇੱਕ ਐਕਸਪਲੋਟਿਵ ਫੀਸ ਵੀ ਕੈਨ ਸੇ ਉਹਨੂੰ ਆਪਾਂ ਐਕਸਟਰਟ ਕਰਦੇ ਆਂ ਆਪਾਂ ਇੱਕ ਕੈਪੈਸਿਟੇਟਿਵ ਫੀਸ ਯੂਜ਼ ਕਰ ਰਹੇ ਆਂ ਇਹ ਬੜਾ ਵੱਡਾ ਨੈਕਸਸ ਹੈ ਸਿਰਤ ਸਾਡੇ ਜਿੰਨੇ ਵੀ ਮੈਡੀਕਲ ਕਾਲਜ ਨੇ ਮੈਂ ਤੁਹਾਨੂੰ ਦੱਸਦਾ ਜ਼ਿਆਦਾਤਰ ਪੋਲਿਟਿਕਲ ਬੈਕਗ੍ਰਾਉਂਡ ਦੇ ਬੰਦਿਆ ਕੋਲ ਐਂਡ ਵਾਟ ði ਐਮਸੀਆਈ ਡੂਜ਼ ਯਾ ਹੁਣ ਜਿਹੜੀ ਇਹਨਾਂ ਨੇ ਨਵੀਂ ਐਨਐਮਸੀ ਬਣਾਤੀ ਐ ਐਮਸੀਆਈ ਨੂੰ ਚੇਂਜ ਕਰਕੇ ਨਵਾਂ ਡਰਾਫਟ ਲੈ ਕੇ ਆਂਦਾ ਇਹਨਾਂ ਨੇ ਦੇ ਆਰ ਹੈਂਡ ਇਨ ਗਲਵਸ ਇਨ ਟੂ 댓 ਜਿੰਨੇ ਪੋਲਿਟਿਕਲ ਲੀਡਰ ਨੇ ਦੇ ਆਰ ði ਬੇਸਿਕਲੀ ਓਨਰਸ ਆਫ ਆਲ ਮੈਡੀਕਲ ਕਾਲਜੇਸ ਮੈਡੀਕਲ ਇੰਡਸਟਰੀ ਸਾਰੀ ਉਹਨਾਂ ਦੇ ਕੋਲ ਐ ਉਹ ਚਾਹੁੰਦੇ ਹੀ ਨਹੀਂ ਕਿ ਸਸਤੀ ਸਾਡੀ ਮੈਡੀਕਲ ਐਜੂਕੇਸ਼ਨ ਮਿਲੇ ਬੱਚਿਆਂ ਨੂੰ ਬੱਚਿਆਂ ਨੂੰ ਕੀ ਕਰਨਾ ਪੈਂਦਾ ਵਿਚਾਰਿਆਂ ਨੂੰ ਉਹਨਾਂ ਦਾ ਡ੍ਰੀਮ ਹੁੰਦਾ ਤੁਸੀਂ ਸਾਡੇ ਹਿੰਦੁਸਤਾਨ ਚ ਨਾ ਤੁਸੀਂ ਕਦੀ ਕਾਮਨਲੀ ਦੇਖੋ ਲੜਕੀ ਜੰਮੇਗੀ ਨਾ ਬਾਪ ਬੜਾ ਖੁਸ਼ ਹੋਗੇਗਾ ਇਹਨੂੰ ਕੋਈ ਵੀ ਬਾਪ ਹੈ ਜਦੋਂ ਵੀ ਲੜਕੀ ਜੰਮਦੀ ਹੈ ਉਹ ਨਾਲ ਹੀ ਕਹਿੰਦਾ ਇਹਨੂੰ ਮੈਂ ਡਾਕਟਰ ਬਣਾਣਾ ਮਤਲਬ ਕਿਤਨਾ ਕਿਤੇ ਸਾਡਾ ਡ੍ਰੀਮ ਓਨ ਦਾ ਬੋਨ ਵੀ ਹੈਵ ਸਟਾਰਟਡ ਦੈਟ ਡ੍ਰੀਮਿੰਗ ਕਿ ਮੇਰਾ ਜਿਹੜੀ ਲੜਕੀ ਹੈ ਉਹ ਇੱਕ ਵਾਈਟ ਕੋਟ ਪਹਿਨ ਕੇ ਸ਼ੀ ਵਿਲ ਹੈਵ ਦਾ ਸਥੈਥੋਸਕੋਪ ਔਨ ਦਾ ਸ਼ੋਲਡਰ ਐਂਡ ਸ਼ੀ ਵਿਲ ਸਰਵ ਦਾ ਸੋਸਾਇਟੀ ਪਰ ਸਾਡੇ ਇੱਥੇ ਉਹ ਸੁਪਨਾ ਬਹੁਤ ਵੱਡਾ ਡ੍ਰੀਮ ਬਣ ਚੁੱਕਾ ਮੈਂ ਤੁਹਾਨੂੰ ਦੱਸ ਦਿਆਂ ਇਹਦੇ ਨਾਲ ਸਾਨੂੰ ਮੈਂ ਆਪਣੇ ਗਲੋਬਲ ਜਿਹੜੀ ਆਪਾਂ ਇਮੇਜ ਆ ਉਹਦੇ ਵਿੱਚ ਵੀ ਡਿਸਟਾਰਟ ਹੋ ਜਾਂ ਕਿਤਨਾ ਕਿਤੇ ਵੀ ਆਰ ਡਿਸਟਾਰਟਡ ਇਨ ਦੈਟ ਆਲਸੋ ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ ਇਸ ਫੀਲ ਜਿੰਨੀ ਵੀ ਅਲੋਕੇਸ਼ਨ ਹੈ ਬਜਟ ਦੀ ਉਹ ਸਭ ਤੋਂ ਵੱਧ ਮੈਡੀਕਲ ਯੂਨੀਵਰਸਿਟੀ ਉੱਤੇ ਲਗਾਣੀ ਬਹੁਤ ਜ਼ਰੂਰੀ ਹੈ ਸਰ ਜੇ ਮੈਂ ਪੁੱਛਾਂ ਤੁਹਾਡੇ ਜਿਵੇਂ ਸਟੂਡੈਂਟਸ ਕਈ ਯੂਕਰੇਨ ਗਏ ਆ ਉਹਨਾਂ ਨੇ ਪੜ੍ਹਾਈ ਉੱਥੋਂ ਕੀਤੀ ਆ ਉਹ ਕੀ ਦੱਸਦੇ ਆ ਇੱਥੋਂ ਦੀ ਪੜ੍ਹਾਈ ਚ ਤੇ ਉੱਥੋਂ ਦੀ ਪੜ੍ਹਾਈ ਚ ਕੀ ਸਮਾਨਤਾ ਤੇ ਕੀ ਡਿਫਰੈਂਸਸ ਮੈਂ ਦੱਸਦਾ ਜਿਵੇਂ ਸਿਰਤ ਉੱਥੇ ਨਾ ਜਿਵੇਂ ਬੱਚਾ ਜਾਂਦਾ ਤੇ ਉੱਥੇ ਜਦੋਂ ਐਮਬੀਬੀਐਸ ਕਰਦਾ ਐਕਚੁਅਲੀ ਉਹੀ ਨਾ ਇੱਕ ਨੈਕਸਸ ਹੈ ਮੈਨੂੰ ਲੱਗਦਾ ਜੋ ਸਾਡੇ ਇੱਥੋਂ ਦੇ ਡਾਕਟਰ ਉੱਥੋਂ ਦੀ ਐਮਬੀਬੀਐਸ ਨੂੰ ਮੰਨਤਾ ਨਹੀਂ ਦਿੰਦੇ ਜ਼ਿਆਦਾਤਰ ਉਨ ਨੂੰ ਇਹ ਲੱਗਦਾ ਯਾਰ ਇਹ ਉਹ ਬੱਚਾ ਨੇ ਜਿਵੇਂ ਉਹ ਪ੍ਰਲਾਜ ਜੋਸ਼ੀ ਜੀ ਨੇ ਕਿਹਾ ਜੀ ਨਲਾਇਕ ਬੱਚਾ ਬਾਹਰ ਜਾਂਦਾ ਠੀਕ ਹੈ ਵੀਨ ਜਿਹੜਾ ਕਿ ਕਰਨਾਟਕ ਦਾ ਇੱਕ ਬੱਚਾ ਸੀਗਾ 97% ਦੇ ਮਾਰਕਸ ਜਿਹਦੇ ਮਾਰਕਸ ਸੀ ਨੋ ਉਹਨੇ ਵੀ ਨਿੱਡ ਦਿੱਤਾ ਕੋਈ ਨਾ ਕੋਈ ਸਕੋਰ ਲਿਆ ਪਰ ਉਹਦਾ ਫਾਦਰ ਕਹਿੰਦਾ ਮੇਰੇ ਕੋਲ ਇੰਨਾ ਫੰਡ ਨਹੀਂ ਸੀ ਮੈਂ ਉਹਨੂੰ ਇੱਥੇ ਕਰਾ ਪਾਵਾਂ ਮਤਲਬ ਜੀ ਨਵੀਨ ਉੱਥੇ ਯੂਕੇ ਯੂਕਰੇਨ ਵਿੱਚ ਗਿਆ ਐਮਬੀਬੀਐਸ ਕੀਤੀ ਹੈ ਕੀ ਉਹ ਵਾਪਸ ਆਂਦਾ ਹੈ ਤੇ ਵਾਪਸ ਆਉਣ ਲਈ ਉਹਨੇ ਇੱਕ ਐਗਜ਼ਾਮ ਦੇਣਾ ਪੈਂਦਾ ਇੰਡੀਆ ਦਾ ਥੈਟ ਇਜ਼ ਐਫ ਐਮ ਜੀਈ ਠੀਕ ਹੈ ਫੋਰਨ ਮੈਡੀਕਲ ਗ੍ਰੈਜੂਏਟ ਐਂਟ੍ਰੈਂਸ ਐਗਜ਼ਾਮ ਉਹ ਜਦੋਂ ਦੇ ਲੰਦਾ ਹੈ ਤੇ ਉਹਦੇ ਬਰਾਬਰ ਸਾਡੀ ਐਮਬੀਬੀਐਸ ਬਾਅਦ ਚ ਆਪਾਂ ਉਹਨੂੰ ਮੰਨ ਲੈਨੇ ਆ ਪਰ ਉਹ ਕਹਿੰਦੇ ਸਾਨੂੰ ਯੂਕਰੇਨ ਚ ਪ੍ਰੈਕਟਿਸ ਕਰਦੇ ਬੜਾ ਮਜ਼ਾ ਆਉਂਦਾ ਸਿਰਫ ਸਾਨੂੰ ਸਿਰ ਦਿੱਕਤ ਆਂਦੀ ਹੈ ਯੂਕਰੇਨੀਅਨ ਲੈਂਗੁਏਜ ਦੇ ਵਿੱਚ ਵੀ ਆਰ ਇਨ ਟੂ ਪ੍ਰੋਬਲਮ ਹੈ ਫਾਰ 댓 ਤੇ ਉਥੇ ਸਾਡੇ ਟਰੈਵਲ ਏਜੰਟਾਂ ਨੇ ਕੀ ਕੀਤਾ ਬੱਚਿਆਂ ਨੂੰ ਖਾਬ ਦਿਖਾਏ ਇੱਥੋਂ ਦੇ ਬਹੁਤ ਕੰਸਲਟੈਂਟ ਨੇ ਪੂਰੇ ਇੰਡੀਆ ਚ ਫੈਲੇ ਹੋਏ ਜਿਹੜੇ ਯੂਕਰੇਨ ਦੇ ਨਾਂ ਤੇ ਬੜਾ ਕੈਸ਼ ਕਰਦੇ ਨੇ ਠੀਕ ਹੈ ਜੀ ਉਹਨਾਂ ਨੇ ਬੱਚਿਆਂ ਨੂੰ ਖਾਬ ਦਿਖਾਏ ਕਿ ਤੁਹਾਨੂੰ ਯੂਕਰੇਨੀਅਨ ਲੈਂਗੁਏਜ ਸਿੱਖਣੀ ਹੈ ਤੇ ਉਹਦੇ ਲਈ 5 5 6 6 ਲੱਖ ਜਦ ਕਿ ਉਹ ਕੋਰਸ ਤੁਸੀਂ ਚੈੱਕ ਕਰੋ ਜਾ ਕੇ ਕਿਤੇ ਵੀ ਵੈਬਸਾਈਟ ਤੇ ਜਾ ਕੇ ਚੈੱਕ ਕਰੋ ਉਹ ਸਿਰਫ ਤੇ ਸਿਰਫ 70000 ਤੋਂ 80000 ਦੇ ਵਿੱਚ ਉਹ ਕੋਰਸ ਹੈ ਸਾਡੇ ਏਜੰਟਸ ਨੇ ਉਹਨਾਂ ਨੂੰ ਡੂਪ ਕੀਤਾ ਮਤਲਬ ਕਿੱਥੇ ਨਾ ਕਿਤੇ ਅਸੀਂ ਅਵੇਰਨੈਸ ਨਹੀਂ ਦੇ ਪਾ ਰਹੇ ਆਪਣੇ ਬੱਚੇ ਨੂੰ ਕਿਉਂ ਨਹੀਂ ਦੇ ਪਾ ਰਹੇ ਠੀਕ ਹੈ ਨਾ ਸਾਡੇ ਕੋਲ ਜਿਹੜਾ ਬੱਚਾ ਆਂਦਾ ਸੀ ਉਹਨੂੰ ਅਵੇਰਨੈਸ ਦੇ ਹੀ ਦੀ ਹੈ ਕਿ ਬੇਟਾ ਯੂ ਟ੍ਰਾਈ ਫਰ ਫॉर द ਨੀਡ ਜੇ ਹੋ ਸਕੇ ਤੁਹਾਨੂੰ ਕੱਲ ਫਿਰ ਉਥੋਂ ਆ ਕੇ ਐਫ ਐਮ ਜੀਸੀ ਕਰਨਾ ਪਰ ਬੱਚਾ ਬੜਾ ਹਿਤਾਸ਼ ਹੁੰਦਾ ਕਮੀਆਂ ਕਿਹਦੇ ਚ ਹੈ ਪੇਰੈਂਟਸ ਚ ਹੈ ਪੜਾਉਣ ਵਾਲਿਆਂ ਚ ਹੈ ਕਿਹਦੇ ਚ ਕਮੀ ਹੈ ਕਮੀਆਂ ਸਾਡੇ ਸਿਸਟਮ ਚ ਬਹੁਤ ਜ਼ਿਆਦਾ ਜੇ ਸਾਡੀ ਡਿਜ਼ਾਇਰਡ ਪਾਪੂਲੇਸ਼ਨ ਹੈ ਜਿਹੜੀ ਉਹ ਡਾਕਟਰ ਬਣ ਕੇ ਸਰਵ ਕਰਨਾ ਚਾਹਦੀ ਹੈ ਤਾਂ ਸਾਡਾ 60% ਰੂਰਲ ਇੰਡੀਆ ਜਿਹੜਾ ਠੀਕ ਹੈ ਨਾ ਉਹਨੂੰ ਹੈਲਥ ਸਰਵਿਸਿਜ਼ ਚਾਹੀਦੀਆਂ ਤੁਸੀਂ ਚੈੱਕ ਕਰੋ ਜਿੰਨੇ ਵੀ ਇਹ ਡਾਕਟਰ ਆ ਰਹੇ ਨੇ ਅੱਜਕੱਲ ਦੇ ਆਰ ਕਮਿੰਗ ਫਰਮ ਦੀ ਰਿਚ ਸੋਸਾਇਟੀ ਦੇ ਆਰ ਨਾਟ ਕਮਿੰਗ ਫਰਮ ਥੈਟ ਆ ਤੁਸੀਂ ਚੈੱਕ ਕਰੋ ਸੀ ਸੈਕਸ਼ਨ ਕਿੰਨਾ ਵਧਿਆ ਪਿਆ ਕਿਉਂ ਵਧਿਆ ਪਿਆ ਉਹ ਜਿਹੜੀਆਂ ਡਾਕਟਰ ਨੇ ਗਾਇਨਕੋਲੋਜੀਸ ਬੇਸਿਕਲੀ ਕੀ ਹੈ ਉਹ ਵੇਟ ਨਹੀਂ ਕਰਦੀਆਂ ਜ਼ਿਆਦਾ ਹੈ ਨਾ ਜ਼ਿਆਦਾ ਮਿਹਨਤ ਨਹੀਂ ਹੈ ਉਹਨਾਂ ਕੋਲ ਹੈ ਨਾ ਗਰੀਬ ਦਾ ਜਿਹੜਾ ਬੱਚਾ ਪੜ ਕੇ ਆਊਗਾ ਨਾ ਉਹ ਮਿਹਨਤ ਮਾਰੂਗਾ ਠੀਕ ਹੈ ਨਾ ਜਦੋਂ ਅਸੀਂ ਚੈੱਕ ਕਰਾਂਗੇ ਕਿ ਇਦਾਂ ਦੇ ਪਿੱਛੋਂ ਬੈਕਗ੍ਰਾਉਂਡ ਤੋਂ ਡਾਕਟਰ ਆ ਰਹੇ ਨੇ ਜਿਨ੍ਹਾਂ ਨੂੰ ਮਨ ਦੇ ਅੰਦਰ ਤਰਸ ਨਹੀਂ ਹੈ ਕੁਝ ਵੀ ਨਹੀਂ ਹੈ ਸਾਡੀ ਐਕਸਪਲੋਇਟੇਸ਼ਨ ਸ਼ੁਰੂ ਹੋਈ ਪਈ ਹੈ ਅਸੀਂ ਕਿਉਂ ਕਹਿੰਨੇ ਆ ਯਾਰ ਸਾਡੀ ਮੈਡੀਕਲ ਫੈਸਿਲਿਟੀ ਦੇ ਵਿੱਚ ਕਿੰਨੀ ਐਕਸਪਲੋਇਟੇਸ਼ਨ ਵੱਧ ਗਈ ਹੈ ਹੈ ਕਿ ਨਹੀਂ ਇੱਕ ਟਾਈਮ ਸੀ ਆਪਾਂ ਡਾਕਟਰ ਨੂੰ ਰੱਬ ਦਾ ਰੂਪ ਮੰਨਦੇ ਸੀ ਅੱਜ ਕੱਲ ਆਪਾਂ ਕਿਸੇ ਹਸਪਤਾਲ ਵੜਦੇ ਬਾਅਦ ਸ਼ੱਕ ਦੀ ਨਜ਼ਰ ਨਾਲ ਵੜਦੇ ਆ ਇਹ ਸਾਡੇ ਐਵੇਂ ਸਟੈਂਟ ਨਾ ਪਾ ਦੇ ਇਹ ਸਾਡੇ ਐ ਨਾ ਕਰ ਦੇ ਇੱਕ ਤੋਂ ਸ਼ੁਰੂਆਤ ਹੋਈ ਹੈ ਇਹ ਸ਼ੁਰੂਆਤ ਇਸੇ ਹੀ ਜਿਹੜਾ ਖਲਾਅ ਬਣਿਆ ਹੈ ਜਿਹੜਾ ਡਿਫਰੈਂਸ ਬਣਿਆ ਹੈ ਸੋਸਾਇ ਡਿਮਾਂਡ ਐਂਡ ਸਪਲਾਈ ਦਾ ਉਹਨੇ ਕਿਤਨਾ ਕਿਤੇ ਪੈਦਾ ਕੀਤਾ ਸਾਡੀ ਮੈਡੀਕਲ ਫੈਸਿਲਿਟੀ ਜਿਹੜੀ ਹੈ ਡਿਸਟੋਰਟ ਹੋ ਚੁੱਕੀ ਟੋਟਲੀ ਵੀ ਆ ਟਵਿਕ ਵਿਦ ਇਟ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬੱਚਿਆਂ ਦੇ ਸਕੋਰ ਵੀ ਚੰਗੇ ਆਉਂਦੇ ਆ ਤਾਂ ਵੀ ਇੱਥੇ ਨਹੀਂ ਰਹਿੰਦੇ ਬਾਹਰ ਚਲੇ ਜਾਂਦੇ ਆ ਫੰਜ਼ ਕਰਕੇ ਸਿਰਫ ਫੰਜ਼ ਹੀ ਰੀਜ਼ਨ ਆ ਜਾਂ ਰੈਜ਼ਰਵੇਸ਼ਨ ਵੀ ਆ ਕਿਤੇ ਨਾ ਕਿਤੇ ਰੈਜ਼ਰਵੇਸ਼ਨ ਕੋਟਾ ਕਰਕੇ ਕਿਤੇ ਜਨਰਲ ਕੈਟੇਗਰੀ ਤੇ ਭਾਰੀ ਪੈ ਗਿਆ ਹੋਵੇ ਤੇ ਜਨਰਲ ਕੈਟੇਗਰੀ ਵਾਲੇ ਬੱਚੇ ਪਿੱਛੇ ਰਹਿ ਗਏ ਸੀਰਤ ਬੜਾ ਵਧੀਆ ਕੁਐਸਚਨ ਕੀਤਾ ਤੁਹਾਨੂੰ ਮੈਂ ਦੱਸਦਾ ਨਵੀਨ ਦੇ ਫਾਦਰ ਨੇ ਮੋਦੀ ਸਾਹਿਬ ਨੂੰ ਰੋਂਦਿਆਂ ਹੋਇਆਂ ਗੱਲਾਂ ਕਹੀਆਂ ਕਿ ਅਨਡਿਸਰਵ ਬੱਚਾ ਨੂੰ ਸੀਟ ਮਿਲੀ ਮੇਰਾ ਬੱਚਾ ਡਿਸਰਵ ਕਰਦਾ ਉਹਨੂੰ ਸੀਟ ਕਿਉਂ ਨਹੀਂ ਮਿਲੀ ਕਿਤਨਾ ਕਿਤੇ ਰਿਜ਼ਰਵ ਕੈਟਾਗਰੀ ਦਾ ਵੀ ਕਿਤਨਾ ਕਿਤੇ ਰੂਲ ਹੈ ਠੀਕ ਹੈ ਨਾ ਆਪਾਂ ਕੋਸ਼ਿਸ਼ ਕਰੀਏ ਜਿਹੜਾ ਸਿਰਫ ਤੇ ਸਿਰਫ ਮੈਡੀਕਲ ਜਿਵੇਂ ਆਪਾਂ ਗੱਲ ਕਰ ਲਈਏ ਕੁਮਾਰ ਸਾਈਟ ਤੇ ਸੀ ਇਹਦੀ ਕੋਈ ਰਿਜ਼ਰਵੇਸ਼ਨ ਨਹੀਂ ਤੁਹਾਨੂੰ ਪਤਾ ਨੋ ਰਿਜ਼ਰਵੇਸ਼ਨ ਇਜ਼ देयर ਪਰ ਇਧਰ ਆਪਾਂ ਕਿਉਂ ਰੱਖੀ ਹੋਈ ਹੈ ਹੈਨਾ ਉਹਨੇ ਖੁਦ ਰੋਂਦਿਆ ਹੈ ਪ੍ਰਧਾਨ ਮੰਤਰੀ ਨੂੰ ਇਹ ਗੱਲ ਕਹੀ ਹੈ ਪ੍ਰਧਾਨ ਮੰਤਰੀ ਸਾਹਿਬ ਡਿਸਰਵ ਸੀਗੇ ਜਿਨ੍ਹਾਂ ਦੇ ਨੰਬਰ ਘਟ ਸੀਗੇ ਆਪਾਂ ਕਿਉਂ ਹੀ ਨਹੀਂ ਦੇਖਦੇ ਪਏ ਵੀ ਸ਼ੁੱਡ ਸੀ ਦ ਇਕਨੋਮਿਕ ਰਿਜ਼ਰਵੇਸ਼ਨ ਬੇਸਿਕਲੀ ਹੈ ਨਾ ਵੀ ਸੀ दैट ਨਾਟ ਕਾਸਕ੍ਰੀਡ ਦੇ ਉੱਪਰ ਜਾਣਾ ਨਹੀਂ ਚਾਹੀਦਾ ਸਾਨੂੰ ਮੇਰੇ ਹਿਸਾਬ ਨਾਲ ਤਾਂ ਹੈ ਨਾ ਜਿਹੜਾ ਇੰਟੈਲੀਜੈਂਟ ਬੱਚਾ ਹੈ ਉਹ ਕਿਸੇ ਵੀ ਕਾਜ਼ ਦਾ ਹੋ ਸਕਦਾ ਮੈਂ ਕਹਿੰਦਾ ਉਹ ਕਿਸੇ ਵੀ ਕਾਜ਼ ਦਾ ਹੋ ਸਕਦਾ ਉਹ ਡਿਸਰਵ ਕਰਦਾ ਹੈ ਕਿ ਨਹੀਂ ਸੋ ਆਪਾਂ ਕੋਸ਼ਿਸ਼ ਕਰੀਏ ਉਹਨਾਂ ਨੂੰ ਸੀਟ ਦਈਏ ਜਿਨ੍ਹਾਂ ਦੇ ਮਾਰਕਸ ਅੱਛੇ ਆਉਂਦੇ ਨੇ ਹੈ ਕਿ ਨਹੀਂ ਜਿਨ੍ਹਾਂ ਦੇ ਮਾਰਕਸ ਅੱਛੇ ਆਉਂਦੇ ਨੇ ਇੱਥੇ ਸੀਟ ਨਹੀਂ ਮਿਲਦੀ ਉਹ ਮਜਬੂਰ ਨੇ ਜਾਂ ਤਾਂ ਪੈਸੇ ਖਰਚਣ ਆਪਣਾ ਘਰ-ਬਾਰ ਵੇਚਣ ਤਾਂ ਸੀਟ ਮਿਲਣੀ ਹੈ ਨਹੀਂ ਤਾਂ ਯੂਕਰੇਨ ਜਾਣਾ ਪਏਗਾ ਅੱਜ ਉਹੀ ਬੱਚਾ ਉੱਥੇ ਫਸਿਆ ਪਿਆ ਹਾਂਜੀ ਹਾਂਜੀ ਥੋੜੇ ਦਿਨ ਪਹਿਲਾਂ ਹੀ ਸਰਵਜਿੰਦ ਸਿੰਘ ਮਾਨ ਦਾ ਇੱਕ ਬਿਆਨ ਆਂਦਾ ਹੈ ਉਹਨਾਂ ਨੇ ਕਮੈਂਟ ਕਰਕੇ ਕਿਹਾ ਕਿ ਜੇ ਤੁਸੀਂ ਯੂਕਰੇਨ ਦਾ ਲੋਨ ਖਾਦਾ ਤਾਂ ਵਾਪਸ ਆਉਣ ਦੀ ਬਜਾਏ ਉੱਥੋਂ ਦੀ ਲੋਕਾਂ ਦੀ ਹੈਲਪ ਕਰੋ ਵਾਪਸ ਨਾ ਆਓ ਨਮਕ ਹਲਾਲੀ ਦਾ ਉਹਨਾਂ ਨੇ ਵਾਸਤਾ ਦਿੱਤਾ ਤੇ ਦੂਜੇ ਪਾਸੇ ਆੜਲਾ ਸਾਹਿਬ ਨੇ ਕਿਹਾ ਕਿ ਅਸੀਂ ਆਪਣੇ ਬੱਚੇ ਉੱਥੇ ਪੜਾਉਣ ਲਈ ਭੇਜੇ ਸੀ ਉੱਥੋਂ ਦੀ ਆਰਮੀ 'ਚ ਭਰਤੀ ਕਰਾਉਣ ਲਈ ਨਹੀਂ ਸੀ ਭੇਜੇ ਤੁਸੀਂ ਕੀ ਕਹਿਣਾ ਚਾਹੋਗੇ ਦੋਵੇਂ ਪਾਸੇ ਹੈ ਜੀ ਮੈਂ ਤਾਂ ਕਹਿ ਸਕਦਾ ਦੇਖੋ ਇਹ ਤਾਂ ਸੈਲਫ ਡਿਪੈਂਡੈਂਟ ਹੈ ਹਰ ਬੰਦੇ ਤੇ ਵਾਕਿ ਜਿੱਥੇ ਦਾ ਨਮਕ ਖਾਦਾ ਹੋਵੇ ਉੱਥੇ ਰਹਿਣਾ ਤਾਂ ਬੰਦਾ ਹੀ ਹੈ ਜੀ ਜਿੱਥੋਂ ਹੁਣ ਬੱਚਾ ਪੜਿਆ ਐਨੇ ਸਾਲ ਪੰਜ ਛੇ ਸਾਲ ਕੁਝ ਗੇਨ ਕੀਤਾ ਬੱਚੇ ਨੇ ਹੁਣ ਭੱਜ ਕੇ ਆਣਾ ਵੀ ਇੱਕ ਮੇਰੇ ਹਿਸਾਬ ਨਾਲ ਸਹੀ ਗੱਲ ਨਹੀਂ ਹੈਗੀ ਠੀਕ ਹੈ ਨਾ ਤੇ ਮੈਂ ਥੋੜਾ ਜਿਹਾ ਮਾਨ ਸਾਹਿਬ ਦੇ ਇਸ ਪੁਆਇੰਟ ਨਾਲ ਸੈਟੀਸਫਾਈਡ ਵੀ ਆ ਕਿ ਜਿਹੜੀ ਸਾਡੀ ਪੰਜਾਬੀਆਂ ਦੀ ਕੌਮ ਮੈਂ ਗੱਲ ਕਰਦਾ ਇੱਕ ਜਜ਼ਬਾਤੀ ਕੌਮ ਹੈ ਤੇ ਇੱਕ ਵਫਾਦਾਰ ਕੌਮ ਮੰਨੀ ਜਾਂਦੀ ਹੈ ਹੈਨਾ ਇਹ ਆਪਾਂ ਇੱਕ ਕਿਸਮ ਦਾ ਪੇਟ ਦਿਖਾਣ ਵਾਲੀ ਗੱਲ ਵੀ ਹੈਗੀ ਆ ਕਿ ਤਨਾ ਕਿ ਤਾ ਹਾਂ ਜੀ ਹੁਣ ਇਹ ਕਿਤਨਾ ਕਿਤੇ ਪੁਆਇੰਟ ਹੈਗੇ ਨੇ ਤੇ ਜਿਵੇਂ ਔਜਲਾ ਸਾਹਿਬ ਕਹਿੰਦੇ ਆਪਾਂ ਬੱਚੇ ਨਹੀਂ ਤੇ ਮਤਲਬ ਆਪਾਂ ਯੂਸ ਐਂਡ ਥਰੋ ਵਾਲੀ ਗੱਲ ਤੇ ਵੀ ਆਪਾਂ ਮੇਰੇ ਹਿਸਾਬ ਨਾਲ ਉਹ ਲੱਗ ਰਹੀ ਹੈ ਮੈਨੂੰ ਜਿਵੇਂ ਮਤਲਬ ਦੋਨੋਂ ਪਾਸੇ ਦੋਨੋਂ ਪੱਖ ਦੇਖ ਕੇ ਜਾ ਸਕਦੇ ਪਰ ਇਹ ਫਿਰ ਵੀ ਪੁਆਇੰਟ ਡਿਪੈਂਡ ਹੈ ਹਰ ਬੰਦੇ ਦੀ ਪਰਸਨਲ ਇੰਡੀਪੈਂਡੈਂਸ ਤੇ ਉਹ ਕਿੱਦਾਂ ਉਹਨੂੰ ਲੈਂਦਾ ਜਜ਼ਬਾਤਾਂ ਤੇ ਡਿਪੈਂਡ ਹੈ ਹਰ ਬੰਦੇ ਦੇ ਜਿੱਥੇ ਖਾਦਾ ਹੈ ਜਿੱਥੇ ਰਿਹਾ ਹੈ ਜਿੱਥੇ ਨੇ ਦਿਨ ਪੜਿਆ ਉਹ ਉਹਨੂੰ ਕਿੱਦਾਂ ਬਿਹੇਵ ਕਰਦਾ ਹੈ ਹਰ ਇੱਕ ਦੀ ਆਪਣੀ ਇੰਟੂਸ਼ਨ ਤੇ ਡਿਵੈਲਪਮੈਂਟ ਮੈਂ ਤਾਂ ਇਹ ਕਹਾਂਗਾ ਜੀ ਤੁਹਾਡੀ ਕਿਸੇ ਨਾਲ ਗੱਲ ਹੋਈ ਜਿਹੜੇ ਬੱਚੇ ਉੱਥੇ ਫਸੇ ਹੋਏ ਆ ਕਿਸੇ ਨਾਲ ਗੱਲਬਾਤ ਹੋਈ ਹੋਵੇ ਜਾਂ ਕਿਸੇ ਦੇ ਥਰੂ ਤੁਹਾਨੂੰ ਪਤਾ ਲੱਗਿਆ ਹੋਵੇ ਨੇੜੇ ਟੇੜੇ ਦਾ ਕੋਈ ਬੰਦਾ ਦੱਸਦਾ ਹੋਵੇ ਨਹੀਂ ਮੈਨੂੰ ਇੰਨਾ ਤਾਂ ਨਹੀਂ ਪਰ ਸੋਸ਼ਲ ਮੀਡੀਆ ਸਭ ਕੁਝ ਇਨਫੋਰਮੇਸ਼ਨ ਜਿਹੜੀ ਮੈਂ ਦੇਖ ਰਿਹਾ ਰੈਗੂਲਰਲੀ ਵਾਚ ਕਰ ਰਿਹਾ ਉਹਨੂੰ ਮੈਂ ਤੇ ਇਹੀ ਦੇਖ ਰਿਹਾ ਕਿ ਮਾਵਾਂ ਬਿਲਖਦੀਆਂ ਪਈਆਂ ਰੋ ਰਹੀਆਂ ਹੁੰਦਾ ਹੀ ਆ ਜੀ ਜਿਹਦੀ ਜ਼ਬਾਨ ਧੀ ਉੱਥੇ ਫਸੀ ਹੋਵੇ ਹੈਨਾ ਉਹਨੇ ਪੜਾਣ ਲਈ ਭੇਜੀ ਹੋਵੇ ਉਹ ਇਦਾਂ ਦਾ ਮਾਹੌਲ ਬਣ ਗਿਆ ਹੋਵੇ ਕਿਤੇ ਨਾ ਕਿਤੇ ਮੈਂ ਦੇਖਾਂਗਾ ਹੁਣ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਹੋਰ ਗੱਲ ਕਹਿਣਾ ਚਾਹ ਰਸ਼ੀਆ ਚ ਬੜਾ ਬੱਚਾ ਹੈ ਕਿ ਅਸੀਂ ਉਹਨੂੰ アドਵਾਈਜ਼ਰੀ ਭੇਜਤੀ ਹੋਈ ਹੈ ਸਾਨੂੰ ਚੈੱਕ ਕਰਨਾ ਪੈਣਾ ਸਾਡੀ ਗਵਰਨਮੈਂਟ ਨੂੰ ਸਾਡਾ ਧਿਆਨ ਯੂਕਰੇਨ ਵੱਲ ਲੱਗਾ ਹੋਇਆ ਪਰ ਰਸ਼ੀਆ ਵੱਲ ਨਹੀਂ ਲੱਗਾ ਹੋਇਆ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕੱਲ ਨੂੰ ਮੰਨ ਲਓ ਇਹ ਸੌਟ ਆਊਟ ਨਹੀਂ ਹੁੰਦਾ ਠੀਕ ਹੈ ਨਾ ਜਿਵੇਂ ਦੋਨੋਂ ਟੇਬਲ ਤੇ ਬੈਠਣ ਨੂੰ ਤਿਆਰ ਨੇ ਠੀਕ ਹੈ ਬੇਲਾਰੂਸ ਤੇ ਬੈਠੇ ਵੀ ਨੇ ਦੋ ਵਾਰ ਇਹਨਾਂ ਦੀ ਮੀਟਿੰਗ ਹੋ ਚੁੱਕੀ ਹੈ ਯੂਕਰੇਨ ਤੇ ਰੂਸ ਦੀ ਪਰ ਹਜੇ ਤੱਕ ਕੋਈ ਨਿਸ਼ਕਰਸ਼ ਨਹੀਂ ਨਿਕਲਿਆ ਕੱਲ ਨੂੰ ਜੇ ਨਾਟੋ ਸਪੋਰਟ ਕਰ ਦਿੰਦਾ ਯੂਕਰੇਨ ਦੀ ਅਟੈਕ ਔਨ ਰਸ਼ੀਆ ਸਾਡੇ ਰਸ਼ੀਆ ਚ ਵੀ ਬੜੇ ਬੱਚੇ ਜੇ ਤੁਸੀਂ ਉਧਰ ਤੇ ਆਂਦੇ ਤਾਂ ਬੜੀ ਅੱਛੀ ਗੱਲ ਐ ਨਾਓ ਨਾਓ ਅਦਰਵਾਈਜ਼ ਗਿਵ them that advisory that they should leave the russia also ਮੈਂ ਤਾਂ ਹੀ ਚਾਹੂੰਗਾ ਰਸ਼ੀਆ ਛੱਡ ਕੇ ਹੋ ਸਕਦਾ ਹੈ ਤੇ ਬਚਣਾ ਬਚ ਲੋ ਜੇ ਰਹਿਣਾ ਹੈ ਤਾਂ ਉਹ ਤੋਂ ਪਰਸਨਲ ਜਿਵੇਂ ਮੈਂ ਤੁਹਾਨੂੰ ਅੱਗੇ ਦੱਸਿਆ ਇੰਟੂਸ਼ਨ ਆਪਣੀ ਕਿਦਾਂ ਦੀ ਐ ਕਿਸੇ ਦਾ ਮਨ ਹੁੰਦਾ ਹੈ ਕਿ ਮੈਂ ਜਿੱਥੇ ਖਾਦਾ ਉੱਥੇ ਰਹਿਣਾ ਕੋਈ ਕਹਿੰਦਾ ਕਿ ਨਹੀਂ ਮੈਂ ਜਾਵਾਂ ਮੈਂ ਬੱਚਾ ਪਹਿਲੇ ਬਾਅਦ ਚ ਮੈਂ ਸੇਵਾ ਕਰ ਸਕਦਾ ਇਹ ਹਰ ਇੱਕ ਦੇ ਆਪਣੇ ਆਪਣੇ ਮੰਨ ਦੀ ਰਾਏ ਐ ਜੇ ਆਪਾਂ ਆਉਣ ਵਾਲੇ ਟਾਈਮ ਦੀ ਗੱਲ ਕਰੀਏ ਜਦ ਕਿ ਕਾਫੀ ਬੱਚੇ ਉੱਥੇ ਯੂਕਰੇਨ ਪੜਾਉਣ ਲਈ ਪੇਰੈਂਟਸ ਨੇ ਭੇਜੇ ਹੋਇਆ ਤੁਹਾਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਇੱਥੇ ਮੈਡੀਕਲ ਫੈਸਿਲਿਟੀਆਂ ਹੈਲਥ ਫੈਸਿਲਿਟੀਆਂ ਬੈਟਰ ਹੋਣਗੀਆਂ ਪੰਜਾਬ 'ਚ ਇੰਡੀਆ 'ਚ ਸੀਰਾ ਜੀ ਦੇਖੋ ਅਸੀਂ ਮੈਂ ਤੁਹਾਡੇ ਚੈਨਲ ਰਾਹੀਂ ਕਹਿਦਾ ਜਾਂ ਹੋਰ ਚੈਨਲ ਦਸੂ ਆਪਾਂ ਇੱਕ ਹੋਕਾ ਦੇ ਰਹੇ ਹਾਂ ਸਰਕਾਰ ਨੂੰ ਇਸੇ ਗੱਲ ਦਾ ਹੀ ਅਸੀਂ ਸਾਰੇ ਲੋਕ ਜਾਗੇ ਆ ਬੜੀ ਵਧੀਆ ਗੱਲ ਮੈਂ ਤੁਹਾਨੂੰ ਅੱਜ ਦੱਸ ਰਿਹਾ ਆਨੰਦ ਮਹਿੰਦਰਾ who is a MD of Mahindra and Mahindra ਜਿਹੜੇ ਐਕਸ ਵੀ ਗੱਡੀਆਂ ਬਣਾਉਂਦੇ ਨੇ ਉਹਨੇ ਕੱਲ ਟਵੀਟ ਕੀਤਾ ਕਿ ਮੈਂ ਆਪਣੇ ਪਲਾਂਟ ਦੀ ਬਜਾਏ ਹੁਣ ਇੱਕ ਮੈਡੀਕਲ ਕਾਲਜ ਖੋਲਾਂਗਾ ਮਤਲਬ ਜਦੋਂ ਸਾਡੀ ਇੰਡਸਟਰੀਅਲ ਫੈਮਲੀਆਂ ਇਧਰਲੇ ਪਾਸੇ ਆਣੀਆਂ ਸ਼ੁਰੂ ਹੋ ਜਾਣਗੀਆਂ ਨਾ ਤੇ ਬੜੀ ਵੱਡੀ ਕ੍ਰਾਂਤੀ ਦਾ ਮਤਲਬ ਆਣ ਵਾਲੀ ਹੈ ਮੈਂ ਟਾਟਾਸ ਨੂੰ ਬਿਰਲਾਸ ਨੂੰ ਜਿੰਨੀਆਂ ਫੈਮਲੀਆਂ ਹੈ ਹੈਨਾ ਅੰਬਾਨੀਜ਼ ਫੈਮਲੀਆਂ ਹੈ ਲੈਟ ਦੇ ਵਿਲ ਇਨਵੈਸਟ ਇਨ ਦਾ ਮੈਡੀਕਲ ਗਰਾਉਂਡ ਹੈਨਾ ਤੁਸੀਂ ਦੇਖੋ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਤੁਸੀਂ ਵੀ ਆਪਣਾ ਰਿਟਰਨ ਭਰਦੇ ਹੋਵੋਗੇ ਹੈਨਾ 4242 ਕਰੋੜ ਦੀ ਤੁਹਾਨੂੰ ਪਤਾ ਹੈ ਰਿਟਰਨ ਦੀ ਜਿਹੜੀ ਪਹਿਲਾਂ ਹੁੰਦੀ ਸੀ TCS ਕੋ ਕੰਸਲਟੈਂਸੀ ਹੁੰਦੀ ਸੀ ਫਿਲ ਕਰਨ ਦੀ ਜਿਹੜੀ ਵੈਬਸਾਈ ਉਹ ਹੁਣ ਆ ਗਈ ਇਨਫੋਸਿਸ ਕੋ ਉਹ ਤਾਂ 4242 ਕਰੋੜ ਰੁਪਏ ਲੱਗਾ ਠੀਕ ਹੈ ਨਾ ਐਡਾ ਮਹਿੰਗਾ ਬਜਟ ਸਾਡਾ ਸਿਰਫ ਇੱਕ ਰਿਟਰਨ ਭਰਨ ਦੀ ਵੈਬਸਾਈਟ ਬਣਾਉਣ ਦਾ ਜਿਹਦੇ ਨਾਲ ਦੋ ਮੇਰੇ ਖਿਆਲ 20 ਤੋਂ 25 ਮੈਡੀਕਲ ਕਾਲਜ ਖੁੱਲ ਸਕਦੇ ਸੀ ਮ ਸਰਕਾਰ ਕੋ ਫੰਡ ਹੈਗਾ ਅਲੋਕੇਟ ਨਹੀਂ ਹੋ ਰਿਹਾ ਪਰ ਮੈਂ ਹੁਣ ਕਹਿਣਾ ਚਾਹਾਂਗਾ ਮੋਦੀ ਜੀ ਪ੍ਰਲਾਦ ਜੋਸ਼ੀ ਜੀ ਠੀਕ ਹੈ ਤੁਸੀਂ ਆਪਣੀਆਂ ਗੱਲਾਂ ਨੂੰ ਪ੍ਰੂਫ ਕਰਨ ਤੇ ਲੱਗੇ ਹੋ ਪਰ ਕੋਸ਼ਿਸ਼ ਕਰੋ ਹੁਣ ਜਿਹੜੀ ਫੰਡ ਅਲੋਕੇਸ਼ਨ ਹੈ ਦੈਟ ਸ਼ੁੱਡ ਬੀ ਵੈਰੀ ਮੱਚ ਮੋਰ ਟੁਵਰਡ ਦਾ ਮੈਡੀਕਲ ਸਾਈਡ ਤਾਂ ਕਿ ਇੱਕ ਗਰੀਬ ਦਾ ਬੱਚਾ ਵੀ ਡਾਕਟਰ ਬਣੇ ਹੁਣ ਸੁਪਨਾ ਇਹੀ ਲੈ ਕੇ ਚੱਲੋ ਅਸੀਂ ਕਹਿੰਦੇ ਗਰੀਬਾਂ ਦੀ ਸਰਕਾਰ ਗਰੀਬਾਂ ਦੇ ਡਾਕਟਰ ਬਣਾਓ ਗਰੀਬ ਬੱਚਿਆਂ ਨੂੰ ਹੈਲਪ ਦਿਓ ਜਿੱਦਾਂ ਵੀ ਹੋ ਸਕੇ ਇਕਨੋਮਿਕ ਬੇਸਿਸ ਤੇ ਮੈਂ ਫੇਰ ਕਹਿ ਰਿਹਾ ਗਿਵ them the help on the basis of economics ਸਰਕਾਰ ਸਪான்ਸਰ ਕਰੇ ਮੈਂ ਧਾਰਮਿਕ ਸਥਾਨਾਂ ਨੂੰ ਬੇਨਤੀ ਕਰਾਂਗਾ ਠੀਕ ਹੈ ਨਾ ਕਿ ਤੁਸੀਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾ ਰਹੇ ਹੋ ਤੇ ਕੋਸ਼ਿਸ਼ ਕਰੋ ਉੱਥੇ ਮੈਡੀਕਲ ਕਾਲਜ ਖੋਲ੍ਹ ਦਿਓ ਸੋਨਾ ਚੜਾ ਦੰਨੇ ਆਪਾਂ ਕਿ ਯਾਰ ਆਵਾ ਅਸੀਂ ਇੰਨੇ ਕਰੋੜ ਦਾ ਸੋਨਾ ਚੜਾਇਆ ਕੋਸ਼ਿਸ਼ ਕਰੋ ਅਸੀਂ ਬੱਚੇ ਡਾਕਟਰ ਬਣਾਈਏ ਡਾਕਟਰ ਬਣਾ ਕੇ ਉਹਨਾਂ ਨੇ ਸਮਾਜ ਦੀ ਸੇਵਾ ਚਲਾਈਏ ਠੀਕ ਹੈ ਨਾ ਜਿਵੇਂ ਕੋਰੋਨਾ ਵਰਗੀ ਬਿਮਾਰੀ ਸਾਨੂੰ ਇੱਕ ਬੜੀ ਵੱਡੀ ਸਿੱਖਿਆ ਦੇ ਗਈ ਹੈ ਤੋਂ ਸਾਨੂੰ ਲੋੜ ਹੈ ਕਿ ਆਪਾਂ ਕੋਸ਼ਿਸ਼ ਕਰੀਏ ਮੈਡੀਕਲ ਐਨਰਚਮੈਂਟ ਬਹੁਤ ਜ਼ਿਆਦਾ ਕਰੀਏ ਮੈਡੀਕਲ ਬੈਕਗਰਾਉਂਡ ਦੇ ਬੱਚਿਆਂ ਨੂੰ ਆਪਾਂ ਵੱਧ ਤੋਂ ਵੱਧ ਸਪੋਰਟ ਕਰੀਏ ਤਾਂ ਕਿ ਸਾਡੇ ਕੋਲ ਆਪਣੀ ਜਿਹੜੀ ਰੇਸ਼ੋ ਹੈ ਮੈਂ ਦੱਸਾਂਗਾ ਪੰਜਾਬ ਦੀ ਰੇਸ਼ੋ ਬੜੀ ਵਰਥ ਹੈ ਪੰਜਾਬ ਦੇ ਵਿੱਚ 9900 ਲੋਕਾਂ ਪਿੱਛੇ ਇੱਕ ਡਾਕਟਰ 9900 ਕੈਨ ਯੂ ਇਮੇਜਿਨ ਵਰਲਡ WHO ਕਹਿੰਦਾ 1000 ਪਿੱਛੇ ਇੱਕ ਹੋਣਾ ਚਾਹੀਦਾ ਨੌ ਟਾਈਮ ਜ਼ਿਆਦਾ ਸਾਡੀ ਜਿਹੜੀ ਪੋਪੂਲੇਸ਼ਨ ਡੈਸਟੀਟੀ ਟੂ ਦਾ ਡਾਕਟਰ ਰੇਸ਼ਿਓ ਆ ਜਿਹੜੀ ਅੱਛਾ ਤੇ ਤੁਸੀਂ ਡੈਂਟਲ ਦੀ ਗੱਲ ਕਰ ਲਓ ਠੀਕ ਹੈ ਜੀ ਸਾਡੇ ਕੋਲ ਇੱਕ ਡੈਂਟਿਸਟ ਪਿੱਛੇ 97000 ਪੇਸ਼ੈਂਟ ਕਿਦਾ ਟਰੀਟ ਕਰੂਗਾ ਉਹ 24 ਘੰਟੇ ਵਾਲੇ ਤਾਂ ਨਹੀਂ ਟਰੀਟ ਕਰ ਸਕਦਾ ਮਤਲਬ ਆਪਾਂ ਬਹੁਤ ਪਿੱਛੇ ਰਿਕੁਆਇਰਮੈਂਟ ਇਹਦੀ ਬਹੁਤ ਜ਼ਿਆਦਾ ਇਧਰ ਤੇ ਆਣੀ ਦਿੱਤਾ ਯੂਕਰੇਨ ਨੇ ਦਵਾਤਾ ਠੀਕ ਹੈ ਜੀ ਇੱਕ ਹਸਪਤਾਲ ਜਿਹੜਾ ਇੱਕ ਲੱਖ 21000 ਲੋਕਾਂ ਲਈ ਇੱਕ ਹਸਪਤਾਲ ਵਰਤ ਸਕਦੇ ਆਪਾਂ ਇੱਕ ਬੈੱਡ 2400 ਲੋਕਾਂ ਲਈ ਬਹੁਤ ਪਿੱਛੇ ਆ ਨਾਰਮਸ ਤੋਂ ਆਪਾਂ ਪਿੱਛੇ ਦੀ ਸਾਡੇ सीबीआईएच ਜਿਹੜਾ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਆਫ ਹੈਲਥ ਉਹਨੇ ਜਦੋਂ ਇਨਵੈਸਟੀਗੇਟ ਕੀਤਾ ਪੰਜਾਬ ਬਹੁਤ ਪਿੱਛੇ ਲਾਈ ਕਰਦਾ ਪੰਜਾਬ ਦਾ ਬਜਟ ਹਰਿਆਣਾ ਤੋਂ ਵੀ ਮਾੜਾ ਪੰਜਾਬ ਚ 1001 ਕਰੋ 1001 ਰੁਪਇਆ ਮੈਡੀਕਲ ਹੈਲਥ ਦਾ ਇੱਕ ਜਣੇ ਤੇ ਲੱਗ ਸਕਦਾ ਹਰਿਆਣਾ ਦੇ ਵਿੱਚ 1055 ਰੁਪਏ ਮਤਲਬ ਸੜ ਤੋਂ ਜ਼ਿਆਦਾ ਪੈਸੇ ਖਰਚ ਰਹੇ ਨੇ ਉਹ ਵੀ ਮਤਲਬ ਆਪਾਂ ਨੂੰ ਪੰਜਾਬ ਦੇ ਵਿੱਚ ਵੀ ਇਹ ਗੱਲਾਂ ਤੇ ਬਹੁਤ ਅੱਗੇ ਆਉਣਾ ਪੈਣਾ 1425 ਸੀਟਾਂ ਨੇ ਪੰਜਾਬ ਦੇ ਵਿੱਚ ਮੈਡੀਕਲ ਦੀਆਂ ਇਹਨੂੰ ਵਧਾਉਣਾ ਚਾਹੀਦਾ ਸਾਡੇ ਪੰਜਾਬ ਤੋਂ ਮੈਂ ਕਹਿੰਦਾ ਡੇਰਾਬਾਦ ਕਿੱਡਾ ਮੈਂ ਤਾਂ ਸਾਰੇ ਡੇਰੇਆ ਪ੍ਰੇਮੀਆਂ ਨੂੰ ਕਹਾਗਾ ਬੇਨਤੀ ਕਰਾਂਗਾ ਉਹਨਾਂ ਨੂੰ ਡੇਰੇ ਵਾਲਿਆਂ ਨੂੰ ਕਿ ਹੋ ਸਕੇ ਤਾਂ ਤੁਸੀਂ ਇੱਕ ਵੱਡੇ ਵੱਡੇ ਮੈਡੀਕਲ ਕਾਲਜ ਕੋਲੋਂ ਜਿਹੜੀ ਤੁਹਾਡੀ ਸੰਗਤ ਆਂਦੀ ਹੈ ਉਹਨਾਂ ਦੇ ਬੱਚਿਆਂ ਨੂੰ ਘਟਕੜੇ ਕਰਾ ਦਿਓ ਬਹੁਤ ਜ਼ੂਰੀ ਚੀਜ਼ ਹੈ ਜਿਵੇਂ ਜਿਹੜੇ ਮਰਜ਼ੀ ਬਹਾਨੇ ਲਾ ਲੋ ਭਾਵੇਂ ਯੂਕਰੇਨ ਦੇ ਬਹਾਨੇ ਹੀ ਮੈਡੀਕਲ ਵੱਲ ਹੁਣ ਧਿਆਨ ਜਾ ਰਿਹਾ ਸਾਰਿਆਂ ਦਾ ਇੱਕ ਵਾਰੀ ਇੱਕ ਵਾਰੀ ਪੰਜਾਬ 'ਚ ਸਾਰਿਆਂ ਦਾ ਧਿਆਨ ਹੈ ਕਿ ਮੈਡੀਕਲ ਦੇ ਬੱਚੇ ਜਾ ਰਹੇ ਆ ਯੂਕਰੇਨ ਵੱਲ ਤੁਹਾਨੂੰ ਲੱਗਦਾ ਹੁਣ ਬੱਚਿਆਂ ਵੱਲ ਜ਼ਿਆਦਾ ਧਿਆਨ ਦਿੱਤਾ ਜਾਊਗਾ ਬੱਚਿਆਂ ਦਾ ਭਵਿੱਖ ਥੋੜਾ ਬਦਲੂਗਾ ਆਉਣ ਵਾਲੇ ਟਾਈਮ 'ਚ ਦੇਖੋ ਸਿਰਤ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਨੰਦ ਮਹਿੰਦਰਾ ਨੇ ਜਿੱਦਾਂ ਸੋਚਿਆ ਤੇ ਡੈਫੀਨਿਟਲੀ ਇੱਕ ਸੋਚ ਪੈਦਾ ਹੋਈ ਹੈ ਹਨਾ ਆਨੰਦ ਮਹਿੰਦਰਾ ਤੱਕ ਵਾਲੇ ਨੇ ਵੀ ਸੋਚਿਆ ਕਿ ਯਾਰ ਵਾਕਈ ਇੰਨਾ ਬੱਚਾ ਜਿਹੜਾ ਉੱਥੇ ਫਸਿਆ ਉਹ ਮੈਡੀਕਲ ਦਾ ਬੱਚਾ ਹੀ ਸੀਗਾ ਐਂਡ ਹੀ ਇਸ ਪਲੈਨਿੰਗ ਟੂ ਇਨਵੈਸਟ ਇਨ ਯੂਨੀਵਰਸਿਟੀ ਹਨਾ ਤੋ ਇਦਾਂ ਹੀ ਹੁਣ ਸਰਕਾਰਾਂ ਦਾ ਮੈਂ ਕਹਿੰਦਾ ਜਿਹੜਾ ਅਗਲਾ ਲੋਕ ਸਭਾ ਦਾ ਸੈਸ਼ਨ ਆਂਦਾ ਹੈ ਜਿਹੜੇ ਲੀਡਰ ਆਫ ਆਪੋਜੀਸ਼ਨਸ ਨੇ ਉਹ ਸਰਕਾਰਾਂ ਨੂੰ ਸਵਾਲ ਕਰਨ ਕੁਝ ਹੋਊਗਾ ਉਹਦੇ ਹੀ ਸੋਚਣਗੇ ਕਿ ਕਿਉਂ ਨਹੀਂ ਸੋਚਣਾ ਉਹ ਸੋਚਣਾ ਜ਼ਿਆਦਾ ਬੰਦਾ ਸੀਗਾ ਹੋਏ ਤੇ ਕਿਉਂ ਸੋਚਦੇ ਪਏ ਨੇ ਠੀਕ ਹੈ ਨਾ ਪਰ ਸਮ ਟਾਈਮ ਦੇਰ ਆਏ ਦਰੁਸਤਾਈ ਵਾਲੀ ਗੱਲ ਹੈ ਠੀਕ ਹੈ ਨਾ ਇਹ ਦੇਰ ਆਏ ਦਰੁਸਤਾਈ ਵਾਲੀ ਗੱਲ ਹੈ ਜਦੋਂ ਜਾਗ ਉਦੋਂ ਸਵੇਰਾ ਹੈ ਜੇ ਅੱਜ ਉਹ ਸ਼ੁਰੂ ਕਰਦੇ ਨੇ ਤਾਂ ਮੈਂ ਕਹਿੰਦਾ ਵੀ ਬੜੀ ਵੱਡੀ ਪ੍ਰਾਪਤੀ ਹੈ ਮੋਦੀ ਸਾਹਿਬ ਆਪਣੀ ਬਜਟ ਅਲੋਕੇਸ਼ਨ ਦੇ ਵਿੱਚ ਮੈਡੀਕਲ ਫੰਡ নো ਡਾਊਟ ਪਿਛਲੇ 1 ਸਾਲ ਤੋਂ 1000 2000 ਕਰੋੜ ਵਧਾਇਆ ਪਰ ਇਹਨੂੰ ਬਹੁਤ ਹੀ ਵਾਰ ਫੂਟਿੰਗ ਬੇਸਿਸ ਤੇ ਵਧਾਉਣ ਦੀ ਲੋੜ ਹੈ ਹਰ ਕਸਬੇ 'ਚ ਹਰ ਟਾਊਨ ਦੇ ਵਿੱਚ ਮੇਰੇ ਹਿਸਾਬ ਨਾਲ ਇੱਕ ਵਧੀਆ ਮੈਡੀਕਲ ਹਸਪੀਟਲ ਉਹ ਹਸਪੀਟਲ ਜਿਹਦੇ ਵਿੱਚ ਭਾਵੇਂ 2 ਜਾਂ 3 ਮੈਂ ਕਹਿੰਦਾ ਸੈਕਸ਼ਨ ਖੋਲਦੇ ਹੋ ਭਾਵੇਂ ਉੱਚ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਸੁਸਾਇਟੀ ਨੂੰ ਸਰਵ ਕਰ ਰੂਰਲ ਇੰਡੀਆ ਚ ਵੀ अर्ਬਨਾਈਜੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਡਾਕਟਰ ਮਿਲ ਜਾਂਦੇ ਅੱਛੇ ਹਸਪੀਟਲ ਮਿਲ ਜਾਂਦੇ ਨੇ ਰੂਰਲ ਇੰਡੀਆ ਨੂੰ ਸਾਨੂੰ ਸਰਵ ਕਰਨਾ ਪੈਣਾ ਤੇ ਸਾਡਾ ਇੰਡੀਆ ਜ਼ਿਆਦਾਤਰ ਰੂਰਲ ਚ ਹੀ ਲਾਈ ਕਰਦਾ ਹੈ ਕਿ ਨਹੀਂ ਸਰ ਮੈਂ ਇੱਕ ਹੋਰ ਗੱਲ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਜਿਹੜੀ ਰਸ਼ੀਆ ਯੂਕਰੇਨ ਦੀ ਵਾਰ ਹੈ ਆ ਯੋ ਤੁਹਾਨੂੰ ਲੱਗਦਾ ਹੈ ਪਰਮਾਣੂ ਯੁੱਧ ਵੱਲ ਵੱਧ ਸਕਦਾ ਦੇਖੋ ਜੀ ਮੈਂ ਸਟੱਡੀ ਕਰ ਰਿਹਾ ਸੀਗਾ ਕਹਿੰਦੇ ਜਿਹੜਾ ਪੁਤਿਨ ਹੈ ਨਾ ਬੜਾ ਸਿਕਰੇਟਿਵ ਪਰਸਨ ਹੈ ਜਦੋਂ ਉਹਨੇ ਪ੍ਰੈਜ਼ੀਡੈਂਟ ਬੰਨਣਾ ਸੀ ਨਾ ਆਪਣੀ ਵਾਈਫ ਨੂੰ ਵੀ ਨਹੀਂ ਦੱਸਿਆ ਸੀ ਕਿੰਨੇ ਮਹੀਨੇ ਕਿ ਮੈਂ ਪ੍ਰੈਜ਼ੀਡੈਂਟ ਬੰਨਣਾ ਹੈ ਕਹਿੰਦੇ ਉਹਦੀ ਨੇਚਰ ਇਦਾਂ ਦੀ ਹੈ ਠੀਕ ਹੈ ਨਾ ਉਹ ਕਿਸੇ ਨੂੰ ਗਲੋਬਲਾਈਜ਼ ਕਿਸੇ ਨੂੰ ਪਤਾ ਨਹੀਂ ਲੱਗਦਾ ਉਹ ਕੀ ਕਰਨਾ ਚਾਹੁੰਦਾ ਵੀ ਡੋਨਟ ਨੋ दैट 왓 ਇਜ਼ ਗੋਇੰਗ ਟੂ ਹੈਪਨ ਮੈਂ ਫਿਰ ਉਹੀ ਗੱਲ ਕਹਾਂਗਾ ਪ੍ਰਮਾਤਮਾ ਪੂਤੀਨ ਦੇ ਮੱਤ ਦੇ ਵਿੱਚ ਥੋੜਾ ਜਿਹਾ ਦਇਆ ਰਹਿਮ ਕੁਝ ਪਾਵੇ ਯੂਕਰੇਨ ਦੇ ਵਿੱਚ ਦੇਖੋ ਬੱਚਿਆਂ ਦਾ ਕੀ ਕਸੂਰ ਹੈ ਉੱਥੇ ਹੈ ਨਾ ਤੁਹਾਡਾ ਆਪਸੀ ਕੋਈ ਚਲੋ ਕੋਲੋਨਾਈਲ ਇਸ ਦਾ ਤੁਹਾਡਾ ਤੁਸੀਂ ਚਾਹਦੇ ਹੋ ਆਪਣੇ ਨੂੰ ਵਧਾਣਾ ਚਾਹਦੇ ਹੋ ਆਪਣੀ ਕੰਟਰੀ ਨੂੰ ਕੁਝ ਵੀ ਕਰਨਾ ਚਾਹਦੇ ਹੋ ਜਾਂ ਕੋਈ ਵੀ ਐਗਰੈਸ਼ਨ ਤੁਹਾਡੇ ਅੰਦਰ ਹੈ ਕੋਈ ਗ੍ਰੀਵੈਂਸ ਤੁਹਾਡੀ ਪਾਰਟਿਕੂਲਰ ਪ੍ਰੈਜ਼ੀਡੈਂਟ ਲੈ ਕੇ ਆਈ ਹੈ ਪਰ ਉਹਦੇ ਵਿੱਚ ਜਨਤਾ ਦਾ ਕਸੂਰ ਸਿਵਿਲੀਅਨਸ ਦਾ ਕੋਈ ਕਸੂਰ ਨਹੀਂ ਹੈਗਾ ਸੋ ਜੇ ਨਿਊਕਲੀਅਰ ਵਾਲ ਜਾਂਦੀ ਹੈ ਤਾਂ ਤਬਾਹੀ ਹੈ ਜੀ ਸਿੱਧੀ ਗੱਲ ਰੱਬ ਨਾ ਕਰੇ ਇਦਾਂ ਦੀ ਗੱਲ ਹੁੰਦੀ ਹੈ ਹੋਵੇ ਕਦੇ ਪਰ ਸਰ ਜੇ ਕਿਤੇ ਇਦਾਂ ਦੀ ਗੱਲ ਹੁੰਦੀ ਹੈ ਤਾਂ ਤੁਹਾਨੂੰ ਇਹ ਨਹੀਂ ਲੱਗਦਾ ਕੈਮਿਸਟਰੀ ਤੁਸੀਂ ਕੈਮਿਸਟਰੀ ਦੇ ਟੀਚਰ ਹੋ ਫਿਰ ਜ਼ਿਆਦਾ ਨੁਕਸਾਨ ਦੇ ਹੀ ਹੋਗੀ ਇਹ ਤਾਂ ਬਹੁਤ ਜ਼ਿਆਦਾ ਜੀ ਜਿਵੇਂ ਹਾਈਡਰੋਜਨ ਬੰਬ ਹੈ ਐਂਡ ਆਈ ਟੈਲ ਯੂ ਦੈਟ ਕੇ ਮੇਰੇ ਹਿਸਾਬ ਨਾਲ ਵਾਕਈ ਹੀ ਤੋਂ ਕੈਮੀਕਲ ਵਾਰ ਹੋ ਰਹੀ ਹੈ ਇਟਸ ਨਾਟ ਗੁੱਡ ਫਾਰ ਦੀ ਹੈਲਥ ਨਾਟ ਗੁੱਡ ਫਾਰ ਦੀ এনवायरमेंट ਨਾਟ ਗੁੱਡ ਫਾਰ ਦੀ ਐਨੀਥਿੰਗ ਆਈ ਵਿਲ ਸੇ ਨਾਟ ਫਾਰ ਥਿਸ ਸੋ ਮੇਰੇ ਹਿਸਾਬ ਨਾਲ ਇਹ ਨਹੀਂ ਹੋਣਾ ਚਾਹੀਦਾ ਬਿਲਕੁਲ ਹੀ ਹੋਣਾ ਚਾਹੀਦਾ ਇਹਨੂੰ ਕਿਤੇ ਰੋਕ ਦੇਣਾ ਚਾਹੀਦਾ ਜਿੱਦਾਂ ਵੀ ਮਰਜ਼ੀ ਹੈ ਦੇਖੋ ਜੰਗਾ ਜਿੰਨੀਆਂ ਮਰਜ਼ੀਆਂ ਹੋਣ ਵਾਰ ਇਫ ਯੂ ਡੋਨਟ ਹੈਵ ਇਫ ਯੂ ਗੋ ਫਾਰ ਦੀ ਵਾਰ ਦੈਨ ਡੈਫੀਨਿਟਲੀ ਯੂ ਵਿਲ ਆਲਸੋ ਐਂਡ ਠੀਕ ਹੈ ਨਾ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਾਂ ਜਿੱਦਾਂ ਵੀ ਹੈ ਵਰਲਡ ਲੈਵਲ ਤੇ ਕਿਸੇ ਵੀ ਤਰੀਕੇ ਨਾਲ ਇਹਨੂੰ ਰੋਕਣਾ ਬਹੁਤ ਜ਼ਰੂਰੀ ਹੈ ਪੁਤਿਨ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਤਾਂਕਿ ਹੋਰ ਨੁਕਸਾਨ ਨਾ ਹੋਵੇ ਸਰ ਜਿਵੇਂ ਆਪਾਂ ਇਨਵੈਂਸ਼ਨਸ ਦੀ ਗੱਲ ਕਰ ਰਹੇ ਹਾਂ 25 30 ਸਾਲ ਪਹਿਲਾਂ ਗੁਰਦਾਸ ਮਾਨ ਨੇ ਕੁਝ ਬੋਲ ਵੀ ਲਿਖੇ ਸੀ ਉਹਨਾਂ ਨੇ ਮੈਨੂੰ ਚੰਗੀ ਤਰ੍ਹਾਂ ਲਾਈਨਾਂ ਤਾਂ ਯਾਦ ਨਹੀਂ ਪਰ ਮੈਨੂੰ ਇੰਨਾ ਪਤਾ ਉਹਨਾਂ ਨੇ ਕੁਝ ਕਿਹਾ ਸੀ ਕਿ ਜਿਵੇਂ ਵਿਹਲਾ ਦਿਮਾਗ ਹੈ ਤੇ ਬੈਠਾ ਬੰਬ ਵਗੈਰਾ ਬਣਾਈ ਜਾਂਦਾ ਹੈ ਨਾ ਤੁਹਾਨੂੰ ਇਹ ਨਹੀਂ ਲੱਗਦਾ ਜਿਹੜੀਆਂ ਇਨਵੈਂਸ਼ਨਸ ਐ ਖੋਜਾਂ ਐ ਕਿਤਨਾ ਕਿਤੇ ਬlesings ਨਾਲੋਂ ਕਸ ਜ਼ਿਆਦਾ ਬਣ ਗਈਆਂ ਦੇਖੋ ਜੀ ਇਹ ਦੋ ਤਰ੍ਹਾਂ ਦੀ ਇਹ ਅਸੀਂ ਆਪਣੇ ਸਟਾਰਟਿੰਗ ਵਿੱਚ ਸਾਇੰਸ ਜਦੋਂ ਪੜ੍ਹਾਉਂਦੇ ਹਾਂ ਨਾ ਉਦੋਂ ਸਮਝਾਉਂਦੇ ਹਾਂ ਬੱਚਿਆਂ ਨੂੰ ਦੇਖੋ ਅੱਜ ਸਾਇੰਸ ਨੇ ਦਵਾਈ ਬਣਾਈ ਐ ਹੈ ਕਿ ਨਹੀਂ ਦਵਾਈ ਬਣਾਈ ਐ ਸਰਜਰੀ ਕਰ ਸਕਦੇ ਆ ਆਪਾਂ ਐਨਸਥੀसिया ਦਿੰਨੇ ਆ ਹੈਨਾ ਉਹ ਕਿਤਨਾ ਕਿਤੇ ਸਾਡੀ ਸੁਸਾਇਟੀ ਲਈ ਇੱਕ ਬਲੇਸਿੰਗ ਹੈ ਹੈਨਾ ਐਟੋਮਿਕ ਬੰਬ ਜਿਹੜੀ ਆ ਆਪਾਂ ਬਣਾ ਲਿਆ ਉਹ ਕਿਤਨਾ ਕਿਤੇ ਕਰਸ ਵੀ ਹੈ ਇਹ ਮੈਂ ਤੁਹਾਨੂੰ ਦੱਸਦਾ ਹਰ ਇਨਸਾਨ ਦੀ ਆਪਣੀ ਸੋਚ ਤੇ ਡਿਵੈਲਪ ਕਰਦੀ ਹੈ ਹੈ ਕਿ ਨਹੀਂ ਆਪਾਂ ਨੂੰ ਸੁਸਾਇਟੀ ਨੂੰ ਕਿੱਧਰ ਲੈ ਕੇ ਜਾਣਾ ਚਾਹੁੰਦੇ ਆ ਮੇਰੇ ਹਿਸਾਬ ਨਾਲ ਵਰਲਡ ਲੈਵਲ ਦੇ ਉੱਤੇ ਗਰੋਥ ਕਰਨਾ ਹੋਰ ਗੱਲ ਹੈ ਪਰਮਾਣੂ ਬੰਬ ਬਣਾਉਣਾ ਕੁਝ ਹੋਰ ਗੱਲ ਹੈ ਪਰਮਾਣੂ ਬੰਬ ਆਪਾਂ ਕਿਉਂ ਸਰੇਸ਼ ਚ ਲੱਗੇ ਹੈ ਹੈ ਕਿ ਨਹੀਂ ਮਨੁੱਖਤਾ ਨੂੰ ਖਤਮ ਕਰਨ ਦੀ ਰੇਸ ਹੈ ਇੱਕ ਪਰਮਾਣੂ ਬੰਬ ਦੇ ਵਿੱਚ ਅਸੀਂ ਕੀ ਕਰਾਂਗੇ ਅਸੀਂ ਗੁੱਸੇ ਚ ਆ ਕੇ ਜਿਵੇਂ ਹਰੋਸ਼ੀਮਾ ਨਾਗਾਸਾਕੀ ਤੇ ਅੱਜ ਦੇਖੋ ਅੱਜ ਤੱਕ ਕੋਈ ਜ਼ਖਮ ਨਹੀਂ ਗਿਆ 1947 ਵਾਲੇ ਵਰਲਡ ਵਾਰ ਵਾਲੇ ਤੋਂ ਆਈ ਡੋਨਟ ਥਿੰਕ ਕਿ ਪੂਤਿਨ ਇਦਾਂ ਦਾ ਸਟੈਪ ਕੋਈ ਚੱਕੇਗਾ ਮੈਨੂੰ ਬਿਲਕੁਲ ਯਕੀਨ ਹੈ ਕਿ ਇਦਾਂ ਦਾ ਸਟੈਪ ਉਹ ਨਹੀਂ ਚੱਕੇਗਾ ਬਟ ਸਮ ਟਾਈਮ ਯੂਕਰੇਨ ਇਸ ਸੇਇੰਗ ਥੈਟ ਦੇ ਆਰ ਯੂਜ਼ਿੰਗ ਦਾ ਕਲਸਟਰ ਬੰਬ ਜੇ ਇਹ ਚੀਜ਼ਾਂ ਡਰਾਂਦੀਆਂ ਵੀ ਨੇ ਸੋ ਆਈ ਥਿੰਕ ਕਿ ਜਿਹੜੀ ਇਨਵੈਂਸ਼ਨਸ ਹੈ ਹੋਣੀ ਤਾਂ ਚੰਗੇ ਲਈ ਚਾਹੀਦੀ ਹੈ ਪਰ ਉਹ ਮਾੜੇ ਲਈ ਵੀ ਬੰਦੀ ਜਾ ਰਹੀ ਹੈ ਇਨਸਾਨ ਦੀ ਸੋਚ ਤੇ ਡਿਪੈਂਡ ਹੈ ਉਹ ਕਿਦਾਂ ਯੂਜ਼ ਕਰ ਰਿਹਾ ਉਹਨੂੰ ਸਰ ਜਿਹੜੀਆਂ ਫੈਮਲੀਆਂ ਐ ਜਿਨ੍ਹਾਂ ਦੇ ਬੱਚੇ ਹਾਲ ਤੱਕ ਵਾਪਸ ਨਹੀਂ ਪਰਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੇਰੀ ਸਿੰਪਥੀ ਉਹਨਾਂ ਫੈਮਲੀਆਂ ਨੂੰ ਦੇਖੋ ਜਿਹੜਾ ਪਾਣਾ ਸਾਡੇ ਵੈਸੇ ਵੀ ਧਰਮਾਂ ਦੇ ਵਿੱਚ ਪਾਣੇ ਨੂੰ ਬਹੁਤ ਉੱਪਰ ਮੰਨਿਆ ਗਿਆ ਕੋਈ ਚੀਜ਼ਾਂ ਸਾਡੇ ਹੱਥ ਨਹੀਂ ਹੁੰਦੀਆਂ ਮੈਂ ਅਰਦਾਸ ਕਰਾਂਗਾ ਪ੍ਰਮਾਤਮਾ ਅੱਗੇ ਕਿ ਜਲਦੀ ਤੋਂ ਜਲਦੀ ਉਹ ਬੱਚੇ ਆਪਣੇ ਮਾਪਿਆਂ ਦੇ ਕੋਲ ਪਹੁੰਚਣ ਉਹਨਾਂ ਨੂੰ ਖੁਸ਼ੀ ਖੇੜਾ ਮਿਲੇ ਤੇ ਹੋ ਸਕੇ ਤਾਂ ਉਹ ਸਭ ਤੋਂ ਵਧੀਆ ਹੈ ਕਿ ਕੋਸ਼ਿਸ਼ ਕਰਨ ਜਿੱਦਾਂ ਵੀ ਹੱਥ ਪੈਰ ਮਾਰਨ ਜਿੱਦਾਂ ਵੀ ਹੈ ਕਿਉਂਕਿ ਦੇਖੋ ਕਿਸੇ ਦਾ ਵੀ ਬੱਚਾ ਚਾਹੇ ਮੇਰਾ ਆਪਣਾ ਬੱਚਾ ਕਿਉਂ ਨਾ ਗਿਆ ਹੋਵੇ ਮੇਰਾ ਮਨ ਵੀ ਚਿੰਤਿਤ ਰਹੇਗਾ ਕਿ ਮੈਂ ਉਹਦੇ ਸੁਪਨੇ ਪੂਰੇ ਕਰਨ ਲਈ ਭੇਜਿਆ ਸੀ ਨਾ ਕਿ ਇਸ ਚੀਜ਼ਾਂ ਲਈ ਪਰ ਇਹ ਸਡਨ ਜਿਹੜੀ ਚੇਂਜਸ ਨੇ ਕਿਤੇ ਨਾ ਕਿਤੇ ਮੈਂ ਸੋਚਦਾ ਕਿ ਸਾਡੀ ਜਿਹੜੀ ਇੰਟੈਲੀਜੈਂਸ ਏਜੰਸੀਜ਼ ਨੇ ਉਹ ਕਿਉਂ ਇਨਫੋਰਮ ਨਹੀਂ ਕਰ ਪਾਈਆਂ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਾ ਇਨਾ ਗ੍ਰੈਸ਼ਨ ਰਸ਼ੀਆ ਦੇ ਅੰਡਰ ਸੀਗਾ ਕਿ ਰਸ਼ੀਆ ਇਸ ਗੋਇੰਗ ਟੂ ਟੈਕ ਔਨ ਦਾ ਯੂਕਰੇਨ ਅੱਜ ਆਪਾਂ ਕਹਿ ਰਹੇ ਹਾਂ ਕੀਵ ਖਾਲੀ ਕਰਦੇ ਹੋ ਉਹ ਕਰਦੇ ਹੋ ਆਪਾਂ ਪਹਿਲਾਂ ਰਸ਼ੀਆ ਵਿੱਚ ਵੀ ਬੱਚੇ ਬਹੁਤ ਨੇ ਹੈ ਕਿ ਨਹੀਂ ਰਸ਼ੀਆ ਵਿੱਚ ਵੀ ਬਹੁਤ ਬੱਚਾ ਇੰਡੀਆ ਦਾ ਜਿਹੜਾ ਮੈਡੀਸਿਨ ਕਰਨ ਗਿਆ ਸੋ ਉਹਨਾਂ ਨੂੰ ਘਟੋ ਘਟ ਐਡਵਾਈਸਿੰਗ ਹੋਣ ਜਾਰੀ ਕਰਦੇ ਹੋ ਕੀ ਪਤਾ ਜੇ ਕੁਇਸ਼ਨ ਨਾ ਪ੍ਰੋਪਰ ਬਣੀ ਤੇ ਨਾਟੋਸ ਵਿਲ ਅਟੈਕ ਔਨ ਰਸ਼ੀਆ ਉਦੋਂ ਆਪਾਂ ਕੀ ਕਰਾਂਗੇ ਉਦੋਂ ਵੀ ਆਪਾਂ ਇਹੀ ਗੱਲਾਂ ਕਾਹਾਂਗੇ ਫਿਰ ਸੋ ਵੀ ਸ਼ੁਡ ਟੇਕ ਦਾ ਪ੍ਰੀਕਾਸ਼ਨਸ ਠੀਕ ਹੈ ਨਾ ਪ੍ਰੀਵੈਂਸ਼ਨ ਸ਼ੁਡ ਬੀ ਬੈਟਰ ਦੈਨ ਕਿਊਰ ਸੋ ਆਪਾਂ ਪ੍ਰੀਵੈਂਸ਼ਨ ਲੈ ਲਈਏ ਜਿੱਦਾਂ ਵੀ ਹੋ ਸਕਦਾ ਉਹਨਾਂ ਮਾਂ ਪਿਓ ਨੂੰ ਮੈਂ ਕਹਿੰਨਾ ਦਿਲ ਤਕੜਾ ਰੱਖੋ ਠੀਕ ਹੈ ਨਾ ਪ੍ਰਮਾਤਮਾ ਤੁਹਾਡੇ ਨਾਲ ਹੈ ਪ੍ਰਮਾਤਮਾ ਦੇ ਉੱਪਰ ਕੋਈ ਵੀ ਨਹੀਂ ਹੈ ਜੀ ਧੰਨਵਾਦ ਜੀ ਤਾਂ ਇਹ ਸੀਗੇ ਸਾਡੇ ਨਾਲ ਐਮਪੀ ਸਿੰਘ ਜੀ ਇਹਨਾਂ ਨੇ ਬੜੇ ਸੋਹਣੇ ਆਪਣੇ ਵਿਚਾਰ ਸਾਂਝੇ ਕੀਤੇ ਹੈ ਇਹਨਾਂ ਨੇ ਕਿਹਾ ਕਿ ਪੰਜਾਬ ਚ ਮੈਡੀਕਲ ਫੈਸਿਲਿਟੀਆਂ ਹੋਰ ਬੈਟਰ ਹੋਣੀਆਂ ਚਾਹੀਦੀਆਂ ਭਾਵੇਂ ਜਿਹੜੇ ਮਰਜੀ ਬਹਾਨੇ ਧਿਆਨ ਸਾਰਿਆਂ ਦਾ ਮੈਡੀਕਲ ਫੈਸਿਲਿਟੀਆਂ ਵੱਲ ਗਿਆ ਤਾਂ ਆਉਣ ਵਾਲੇ ਟਾਈਮ ਚ ਯੂਕਰੇਨ ਚ ਜਿੰਨੇ ਵੀ ਬੱਚੇ ਆ ਸਾਰੇ ਵਾਪਸ ਆਪਣੇ ਆਪਣੇ ਘਰ ਵਾਪਸ ਪਰਤਣ ਤੇ ਆਪਣੀਆਂ ਫੈਮਲੀਆਂ ਕੋਲ ਸੇਫ ਐਂਡ ਸਾਉਂਡ ਪਹੁੰਚਣ ਕੈਮਰਾਮੈਨ ਮਨਪ੍ਰੀਤ ਦਿਨਾਲ ਸੀਰਤ ਸੰਧੂ ਸਸਰੀਕਾ